ਮਸਲਿਆਂ ਬਾਰੇ ਜਿਹੜੇ ਕੋਈ ਨਵੀਂ ਕੋਈ ਚੇਂਜਸ ਆਉਣ ਦੀਆਂ ਗੱਲਾਂ ਹੋ ਰਹੀਆਂ ਨੇ ਜਿਹੜੇ ਮੰਤਰੀ ਨੇ ਇਮੀਗ੍ਰੇਸ਼ਨ ਦੇ ਜੋਨ ਮਕਾਲਮ ਹੋਰੀ ਉਹਨਾਂ ਨੇ ਬਿਆਨ ਦਿੱਤਾ ਪਿੱਛੇ ਜਿਹਾ ਆਏ ਵੀ ਸੀ ਇੱਥੇ ਆਪਣੇ ਸ਼ਹਿਰ ਦੇ ਵਿੱਚ ਤੇ ਉਦਣ ਵੀ ਉਹਨਾਂ ਨੇ ਇਹ ਗੱਲ ਆਖੀ ਸੀਗੀ ਵੀ ਹੋ ਸਕਦਾ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਆ ਉਹਨਾਂ ਨੂੰ ਰਹਿਣ ਦੀ ਆਗਿਆ ਦੇ ਦਿੱਤੀ ਜਾਵੇ ਸੌਖਿਆ ਔਰ ਫਿਰ ਨਾਲ ਦੇ ਨਾਲ ਉਹਨਾਂ ਨੂੰ ਸਿਟੀਜ਼ਨਸ਼ਿਪ ਵੀ ਜਿਵੇਂ ਟਾਈਮ ਲੰਘੇਗਾ ਉਹ ਵੀ ਮਿਲ ਜਾਏਗੀ ਔਰ ਸਟੂਡੈਂਟਸ ਬਾਰੇ ਵੀ ਲੋਕਾਂ ਨੇ ਜੀ ਉਹਨਾਂ ਨੂੰ ਕੰਪਲੇਂਟਸ ਕੀਤੀ ਸੀਗੀ ਵੀ ਜੋ ਕੁਝ ਸਟੂਡੈਂਟਸ ਦੀ ਐਕਸਪਲੋਇਟੇਸ਼ਨ ਹੁੰਦੀ ਆ ਉਹਦੇ ਬਾਰੇ ਵੀ ਤੇ ਉਹਦੇ ਬਾਰੇ ਵੀ ਦੇਖੋ ਸਰਕਾਰ ਤਾਂ ਚਿੰਤਤ ਆ ਜੀ ਅੱਛਾ ਅਮਰਜੋਤ ਜੀ ਇੱਕ ਗੱਲ ਮੈਂ ਦੇਖ ਰਿਹਾ ਸੀਗਾ ਵੀ ਜਦੋਂ ਸਟੂਡੈਂਟ ਅਪਲਾਈ ਕਰਦੇ ਆ ਉਹਨਾਂ ਨੂੰ ਆ ਡੂਅਲ ਇੰਟੈਂਟ ਵਾਲੀ ਗੱਲ ਕੀ ਆ ਜੀ ਜਿਹਦਾ ਧਿਆਨ ਰੱਖਣਾ ਚਾਹੀਦਾ ਕੁਲਵੀਰ ਜੀ ਤੁਹਾਡਾ ਸਵਾਲ ਹੀ ਬਹੁਤ ਹੀ ਹਾਈ ਕੁਆਲਿਟੀ ਸਵਾਲ ਹੈ ਐਕਚੁਲੀ ਬਹੁਤ ਵਧੀਆ ਸਵਾਲ ਹੈ ਐਕਚੁਲੀ ਡੂਅਲ ਇੰਟੈਂਟ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਲੇਕਿਨ ਡੂਅਲ ਇੰਟੈਂਟ ਸਟੂਡੈਂਟ ਵਿੱਚ ਸਾਰਿਆਂ ਦੇ ਹੈ ਦੋ ਕੈਟੇਗਰੀਆਂ ਨੇ ਇੱਥੇ ਕੈਨੇਡਾ ਇਮੀਗ੍ਰੇਸ਼ਨ ਵਿੱਚ ਇੱਕ ਤਾਂ ਡੂਅਲ ਇੱਕ ਤਾਂ ਸਟੂਡੈਂਟ ਦੂਸਰਾ ਲਿਵ ਇਨ ਕੇਅਰ ਗਿਵਰ ਇਹ ਦੋਨੋਂ ਕੈਟੇਗਰੀਆਂ ਟੈਂਪਰਰੀ ਕੈਟੇਗਰੀਆਂ ਦੈਟ ਮੀਨਸ ਟੈਂਪਰਰੀ ਵੀਜ਼ਾ ਜਦੋਂ ਸਟੂਡੈਂਟ ਵੀਜ਼ਾ ਇਸ਼ੂ ਕਰਦੇ ਆ ਸਟੂਡੈਂਟ ਵੀਜ਼ਾ ਹਮੇਸ਼ਾ ਇਸ਼ੂ ਕਰਦੇ ਆ ਦੋ ਸਾਲ ਤਿੰਨ ਸਾਲ ਜਿੰਨਾ ਵੀ ਕੋਰਸ ਹੈ ਪਲੱਸ 90 ਡੇਜ਼ ਈਵਨ ਦੋ ਦਾ ਪਰਪਸ ਲਿਮਿਟਡ ਹੈ ਦੈਟ ਮੀਨਸ ਕਿ ਦੋ ਸਾਲ ਬਾਅਦ ਉਹ ਸਟੂਡੈਂਟ ਵੀਜ਼ਾ ਦੀ ਕੋਈ ਲੋਡ ਨਹੀਂ ਰਿਹਾ ਜਾਂਦੀ ਦੈਟ ਮੀਨਸ ਦ ਸਟੇਟਸ ਵਿਲ ਐਕਸਪਾਇਰ ਪਰ ਸਟੂਡੈਂਟ ਦੀ ਇੱਕ ਇੰਟੈਂਸ਼ਨ ਹੈ ਕਿ ਉਹਨੇ ਪਰਮਨੈਂਟ ਹੋਣਾ ਹੈ ਐਟ ਦ ਸੇਮ ਟਾਈਮ ਟੈਂਪਰੇਰੀ ਵੀਜ਼ਾ ਵੀ ਹੈ ਸੋ ਦੇਖੋ ਨਾ ਤਾਂ ਹੀ ਡੂਅਲ ਹੈ ਇੱਕ ਤਾਂ ਟੈਂਪਰੇਰੀ ਵੀਜ਼ਾ ਹੈ ਸਾਡੇ ਕੋਲ ਅਤੇ ਨਾਲ ਇੰਟੈਂਸ਼ਨ ਇਹ ਵੀ ਹੈ ਕਿ ਇਹਨੇ ਮੁੜ ਕੇ ਪੱਕੇ ਵੀ ਹੋਣਾ ਇਨਫੈਕਟ ਕੈਨੇਡੀਅਨ ਇਮੀਗ੍ਰੇਸ਼ਨ ਖੁੱਲ੍ਹ ਕੇ ਕਹਿ ਰਹੀ ਹੈ ਮਿਨਿਸਟਰ ਸਾਹਿਬ ਵੀ ਕਹਿ ਰਹੇ ਹੈ ਕਿ ਸਾਨੂੰ ਸਟੂਡੈਂਟ ਚਾਹੀਦੇ ਹੈ ਜਿਹੜੇ ਵਧੀਆ ਮਤਲਬ ਕੁਆਲਿਟੀ ਸਟੂਡੈਂਟ ਚਾਹੀਦੇ ਹੈ ਐਂਡ ਫਰੋਮ ਦਿਸ ਈਅਰ ਲਾਈਕ ਮਤਲਬ ਉਹ ਡਬਲ ਕੋਟਾ ਕਰਨ ਵਾਲੇ 4 ਲੱਖ ਸਟੂਡੈਂਟ ਤੱਕ ਉਹਨਾਂ ਦਾ ਹੈ ਕੋਟਾ ਕਿ ਵੀ 4 ਲੱਖ ਸਟੂਡੈਂਟ ਅਸੀਂ ਲਿਆਉਣੇ ਹੈ ਇੱਥੇ ਮਤਲਬ ਆਉਣ ਵਾਲੇ ਟਾਈਮ ਵਿੱਚ ਵਿਦਇਨ 2-3 ਈਅਰਸ ਸੋ ਇਹ ਗੱਲ ਤਾਂ ਸਾਫ਼ ਹੈ ਕਿ ਵੀ ਸਟੂਡੈਂਟ ਨੂੰ ਲਿਆ ਕੇ ਇਹਨਾਂ ਨੇ ਇਮੀਗ੍ਰੈਂਟ ਨੂੰ ਇਮੀਗ੍ਰੈਂਟ ਵਿੱਚ ਤਬਦੀਲ ਕਰਨਾ ਹੈ ਦੈਟ ਇਜ਼ ਵਾਈ ਇਟਸ ਕਾਲਡ ਡੂਅਲ ਇੰਟੈਂਟ ਲੇਕਿਨ ਐਟ ਦ ਟਾਈਮ ਆਫ ਵੀਜ਼ਾ ਐਪਲੀਕੇਸ਼ਨ ਸਟੂਡੈਂਟ ਨੇ ਇਹ ਜ਼ਰੂਰ ਪ੍ਰੂਵ ਕਰਨਾ ਹੈ ਕਿ ਮੇਰੀ ਇੰਟੈਂਸ਼ਨ ਹੈ ਕਿ ਆਈ ਵਿਲ ਰਿਸਪੈਕਟ ਦ ਕੰਡੀਸ਼ਨ ਆਫ ਸਟੱਡੀ ਪਰਮਿਟ ਦੈਟ ਮੀਨਸ ਆਈ ਵਿਲ ਨੋਟ ਬੀ ਇਲੀਗਲ ਆਈ ਵਿਲ ਨੋਟ ਵਰਕ ਵਿਦ ਅਨਆਥੋਰਾਈਜ਼ਡ ਦੈਟ ਮੀਨਸ ਜਿੰਨੇ ਵੀ ਆਵਰਸ ਮੈਨੂੰ ਮਿਲਦੇ ਹੈ ਜਿਹੜੇ 20 ਆਵਰਸ ਹੈ ਆਈ ਵਿਲ ਨੋਟ ਗੋ ਬਿਯੋਂਡ ਇਟ ਐਂਡ ਆਈ ਹੈਵ ਇੰਟੈਂਸ਼ਨ ਟੂ ਕਮ ਬੈਕ ਮੈਂ ਇੰਟੈਂਸ਼ਨ ਇਹ ਰੱਖਦਾ ਕਿ ਮੈਂ ਮੁੜ ਕੇ ਆਵਾਂਗਾ ਇਹ ਚੀਜ਼ ਪ੍ਰੂਵ ਹੋਣੀ ਚਾਹੀਦੀ ਐਟ ਦ ਟਾਈਮ ਆਫ ਵੀਜ਼ਾ ਇਸ਼ੂਅੰਸ ਅਗਰ ਜੇ ਨਹੀਂ ਪ੍ਰੂਵ ਹੁੰਦੀ ਦੈਨ ਦੇ ਡੂ ਨਾਟ ਫੁਲਫਿਲ ਦ ਰਿਕੁਆਇਰਮੈਂਟਸ ਆਫ ਸਟੱਡੀ ਵੀਜ਼ਾ ਐਟ ਦ ਸੇਮ ਟਾਈਮ ਕਿ ਡੋਲ ਇੰਟੈਂਟ ਵੀ ਉੱਥੇ ਜਾਵਾਂਗੇ ਤੇ ਪੱਕੇ ਅਗਰ ਜੇ ਮੌਕਾ ਮਿਲੇ ਤਾਂ ਪੱਕੇ ਵੀ ਹੋ ਜਾਵਾਂਗੇ ਲੇਕਿਨ ਇਨ ਦ ਮੀਨ ਟਾਈਮ ਅਸੀਂ ਕੋਈ ਲਾਅ ਬ੍ਰੇਕ ਨਹੀਂ ਕਰਨਾ ਅੱਛਾ ਜਿਹੜੀ ਆਪਣੀ ਲਿਵ ਇਨ ਕੇਅਰ ਗਿਵਰ ਹੈ ਲਿਵ ਇਨ ਕੇਅਰ ਗਿਵਰ ਤਾਂ ਵੀ ਇਸ ਤਰ੍ਹਾਂ ਹੀ ਬਿਲਕੁਲ ਸੇਮ ਹੈ ਲਿਵ ਇਨ ਕੇਅਰ ਗਿਵਰ ਜਦ ਇਹ ਅਪਲਾਈ ਕਰਦੇ ਹੈ ਮੋਸਟਲੀ ਲਿਵ ਇਨ ਕੇਅਰ ਗਿਵਰ ਇਸ ਕੰਟਰੀ ਜਿਹੜੇ ਪੁੱਲ ਕਰਦੇ ਆ ਉਹ ਫਿਲੀਪੀਨਸ ਦੇ ਮਤਲਬ 80-90% ਫਿਲੀਪੀਨਸ ਤੋਂ ਆਉਂਦੇ ਲਿਵ ਇਨ ਕੇਅਰ ਗਿਵਰ ਦੀ ਖਾਸੀਅਤ ਇਹ ਹੈ ਕਿ ਜਦ ਉਹ ਓਰੀਜਨਲੀ ਜਦ ਵਰਕ ਪਰਮਿਟ ਲਈ ਮੈਡੀਕਲ ਅਪਲਾਈ ਕਰਦੇ ਹੈ ਅਗਰ ਉਹ ਵਰਕ ਪਰਮਿਟ ਐਟ ਦ ਟਾਈਮ ਉਹ ਵਰਕ ਪਰਮਿਟ ਅਗਰ ਉਹ ਮੈਡੀਕਲ ਫੇਲ ਹੋ ਗਈ ਦੈਟ ਮੀਨਸ ਉਹ PR ਨਹੀਂ ਬਣ ਸਕਦੀ ਤੇ ਉਹਨਾਂ ਨੇ ਵਰਕ ਵੀਜ਼ਾ ਵੀ ਨਹੀਂ ਮਿਲਣਾ ਇਹ ਮਤਲਬ ਬਹੁਤ ਬਹੁਤ ਇੱਕ ਸੋਲਿਡ ਐਗਜ਼ਾਮਪਲ ਹੈ ਡੂਅਲ ਇੰਟੈਂਟ ਦਾ ਕਿ ਅਗਰ ਵਰਕ ਵੀਜ਼ਾ ਵਰਕ ਵੀਜ਼ਾ ਨਹੀਂ ਅਗਰ ਉਹ PR ਬਣਦੀ ਅਗਰ ਐਲੀਜੀਬਿਲਟੀ ਨਹੀਂ ਰੱਖਦੀ ਤੇ ਉਹਨੂੰ ਵਰਕ ਵੀਜ਼ਾ ਵੀ ਅਸੀਂ ਨਹੀਂ ਦਿਆਂਗੇ ਤੁਸੀਂ ਸਮਝੋ ਇਸ ਚੀਜ਼ ਦਾ ਕਿ ਅਗਰ ਦੋ ਸਾਲ ਦਾ ਵਰਕ ਵੀਜ਼ਾ ਮਿਲਦਾ ਹੈ ਲਿਵ ਇਨ ਕੇਅਰ ਗਿਵਰ ਨੂੰ ਦੋ ਸਾਲ ਬਾਅਦ ਆਲਰੇਡੀ ਇਨ ਕੈਨੇਡਾ PR ਦੇ ਐਪਲੀਕੇਸ਼ਨ ਫਾਰਮ ਭਰ ਸਕਦੀ ਹੈ ਲਿਵ ਇਨ ਕੇਅਰ ਗਿਵਰ ਲੇਕਿਨ ਅਗਰ ਬਾਈ ਚਾਂਸ ਅਗਰ ਮੈਡੀਕਲ ਪ੍ਰੋਬਲਮ ਹੈ ਜਾਂ ਇੰਗਲਿਸ਼ ਪ੍ਰੋਬਲਮ ਹੈ ਦੋਨਾਂ 'ਚ ਕੋਈ ਪ੍ਰੋਬਲਮ ਹੈ ਰਾਈਟ ਜਾਂ ਕੋਈ ਕ੍ਰਿਮੀਨਲ ਪ੍ਰੋਬਲਮ ਹੈ ਅਗਰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਉਹ PR ਲਈ ਕੁਆਲੀਫਾਈ ਨਹੀਂ ਕਰ ਸਕੇਗੀ ਇਸ ਕਰਕੇ ਇਹ ਸਾਰੀ ਜਿਹੜੀ ਫਿਊਚਰ PR ਦੀ ਜਿਹੜੀ ਐਲੀਜੀਬਿਲਟੀ ਹੈ ਉਹ ਵਰਕ ਵੀਜ਼ਾ ਪੁਆਇੰਟ ਤੇ ਹੀ ਚੈੱਕ ਕਰ ਲੈਂਦੇ ਹੈ ਲੋਕ ਉੱਥੇ ਵੀਜ਼ਾ ਅਫਸਰ ਜਿਹੜੇ ਬੈਠੇ ਆ ਫਿਲੀਪੀਨਸ ਮਨੀਲਾ ਬੈਠੇ ਆ ਸੋ ਇਹ ਇੱਥੇ ਵੀ ਇਹਨਾਂ ਦੀ ਡੂਅਲ ਇੰਟੈਂਟ ਹੈ ਕਿ ਅਗਰ ਉਹ ਕੇਅਰ ਗਿਵਰ ਅਗਰ ਕਹਿ ਰਹੀ ਹੈ ਜਾਂ ਇੰਟਰਵਿਊ ਵਿੱਚ ਕਹਿ ਰਹੀ ਹੈ ਲਿਖ ਰਹੀ ਹੈ ਕਿ ਮੈਂ ਫਿਊਚਰ ਜਾ ਕੇ ਉੱਥੇ ਕੈਨੇਡਾ ਵਿੱਚ ਅਗਰ ਪਰਮਨੈਂਟ ਹੋ ਜਾਣਾ ਹੈ ਦੈਟ ਸਟੇਟਮੈਂਟ ਔਰ ਦੈਟ ਇੰਟੈਂਟ ਕੈਨ ਨਾਟ ਬੀ ਯੂਜ਼ਡ ਅਗੇਂਸਟ ਕਿ ਉਹਨਾਂ ਨੂੰ ਵਰਕ ਵੀਜ਼ਾ ਨਹੀਂ ਮਿਲੇਗਾ ਜਿਹੜਾ ਆਲਰੇਡੀ ਟੈਂਪਰੇਰੀ ਵੀਜ਼ਾ ਹੈ ਸੋ ਇਹ ਹੈ ਕਨਸੈਪਟ ਡੂਅਲ ਇੰਟੈਂਟ ਦਾ ਇਹ ਵੈਸੇ ਜੀ ਅੱਗੇ ਮੈਨੂੰ ਯਾਦ ਹੈ ਜਦੋਂ ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਨਾ ਕਰ ਦਿੱਤੀ ਜਾਂਦੀ ਸੀ ਵੀਜ਼ੇ ਤੋਂ ਹੀ ਚਾਹੇ ਉਹ ਵਿਜ਼ਟਰ ਵੀਜ਼ਾ ਹੀ ਹੁੰਦਾ ਸੀਗਾ ਹਾਂਜੀ ਜਦੋਂ ਵਿਜ਼ਟਰ ਵੀਜ਼ੇ ਦੀ ਇੰਟਰਵਿਊ ਲਈ ਉੱਥੇ ਲੋਕ ਜਾਂਦੇ ਨੇ ਤੇ ਜੇ ਉਹ ਵਿਅਕਤੀ ਇਹ ਕਹਿ ਦੇਵੇ
ਉਹਨੂੰ ਪੁੱਛਦੇ ਇਸ ਢੰਗ ਤਰੀਕੇ ਦੇ ਨਾਲ ਸੀ ਵੀ ਜੇ ਤੁਹਾਨੂੰ ਉੱਥੇ ਇੱਦਾਂ ਦਾ ਮੌਕਾ ਲੱਗੇ ਜੀ ਤੁਸੀਂ ਰਹੋਗੇ ਉੱਥੇ, ਤੇ ਜੇ ਕੋਈ ਬੰਦਾ ਕਹਿ ਦੇਵੇ ਵੀ ਹਾਂਜੀ ਮੈਂ ਉੱਥੇ ਰਹਿਣ ਦਾ ਯਤਨ ਕਰਾਂਗਾ, ਤੇ ਉਹ ਉਸੇ ਵੇਲੇ ਉਹਦੇ ਤੇ ਕਾਟਾ ਮਾਰ ਦਿੰਦੇ ਸੀ ਵੀ ਇਹਨੇ ਜਾ ਕੇ ਉੱਥੇ ਰਹਿਣ ਦਾ ਪ੍ਰੋਗਰਾਮ ਆ, ਇਸ ਕਰਕੇ ਉਹਨਾਂ ਨੇ ਵਿਜ਼ਟਰ ਵੀਜ਼ਾ ਹੀ ਨਹੀਂ ਦੇਣਾ। ਇਹ ਹੁਣ ਮੈਂ ਗੱਲ ਤੋਂ ਇਹ ਪੁੱਛਣੀ ਚਾਹੁੰਦਾ ਵੀ ਜੇ ਫਰਜ਼ ਕਰੋ ਸਟੂਡੈਂਟ ਵੀਜ਼ੇ ਲਈ ਅਪਲਾਈ ਕੀਤਾ, ਉੱਥੇ ਬੱਚਾ ਇੰਟਰਵਿਊ ਲਈ ਜਾਂਦਾ, ਉਹ ਗੱਲਾਂ ਬਾਤਾਂ ਵਿੱਚ ਉਹਨੂੰ ਕਹਿੰਦੇ ਵੀ ਚੰਗਾ ਤੂੰ ਕੋਰਸ ਕਰ ਲਿਆ, ਕੋਰਸ ਕਰਨ ਤੋਂ ਬਾਅਦ ਕੀ ਤੂੰ ਉੱਥੇ ਰਹਿਣਾ ਚਾਹੇਗਾ, ਤੇ ਜੇ ਉਹ ਬੱਚਾ ਕਹਿ ਦਿੰਦਾ ਜੀ ਕਿ ਹਾਂ ਮੈਂ ਉੱਥੇ ਰਹਿਣਾ ਚਾਹੁੰਦਾ, ਜਿਹੜਾ ਕਿ ਇਹ ਸਰਕਾਰ ਦੀ ਇੰਟੈਂਸ਼ਨ ਵੀ ਹੈ ਕਿ ਉਹ ਬੱਚੇ ਪੜ੍ਹ ਲਿਖ ਕੇ ਇੱਥੇ ਹੀ ਰਹਿਣ, ਤੇ ਕੀ ਉਹਨੂੰ ਨਾ ਹੋ ਸਕਦਾ? ਬਿਲਕੁਲ ਨਾ ਹੋਏਗੀ, ਇਸ ਬਿਆਨ ਤੇ ਨਾ ਹੋਏਗੀ, ਲੇਕਿਨ ਉਹਦਾ ਸਹੀ ਜਵਾਬ ਅਗਰ ਜੇ ਮੇਰਾ ਕੋਈ ਇੰਟਰਵਿਊ ਲੈ, ਅੱਛਾ ਕੀ ਉਹਨੂੰ ਕਹਿਣਾ ਚਾਹੀਦਾ? ਮੈਂ 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 ਦੱਸਿਆ ਕਿ ਮੈਂ ਅਗਰ ਜੇ ਮੇਰਾ ਮੈਨੂੰ ਕੋਈ ਪੁੱਛੇਗਾ ਕਿ ਵੀ ਤੁਸੀਂ ਉੱਥੇ ਰਹੋਗੇ, ਤੇ ਮੇਰਾ ਜਵਾਬ ਇਦਾਂ ਹੋਏਗਾ ਕਿ ਦੇਖੋ ਜੀ ਮੈਂ ਤੇ ਜਾ ਰਿਹਾ ਪੜ੍ਹਾਈ ਕਰਨ, ਠੀਕ ਹੈ, ਪੜ੍ਹਾਈ ਦਾ ਜਿਹੜਾ ਸਿਲਸਿਲਾ 2 ਸਾਲ ਚੱਲਣਾ ਹੈ, 2 ਸਾਲ ਦਾ ਡਿਪਲੋਮਾ ਮਿਲਣਾ, ਉਹਦੇ ਬਾਅਦ ਮੇਰੀ ਜ਼ਿੰਦਗੀ ਵਿੱਚ ਜਿਹੜੀ ਤਬਦੀਲੀ ਹੈਗੀ, ਜਿਹੜੀ ਮੈਂ ਨਈ ਸਕਿੱਲ, ਨਈ ਕਲਚਰ ਜਾਂ ਨਈ ਇੰਗਲਿਸ਼ ਜਾਂ ਜੋ ਵੀ ਕੁਛ ਹੈ, ਜੋ ਵੀ ਮੈਂ ਸਿੱਖਿਆ ਕੈਨੇਡਾ ਜਾ ਕੇ, ਉਹਦੇ ਬਾਅਦ ਫਿਰ ਮੈਂ ਇਸ ਚੀਜ਼ ਨੂੰ ਡਿਵੈਲਪ ਕਰਦੇ ਹੋਏ, ਆਪਣੇ ਟੈਲੈਂਟ ਨੂੰ ਡਿਵੈਲਪ ਕਰਦੇ ਹੋਏ, ਫਿਰ ਮੈਂ ਡਿਸਾਈਡ ਕਰਾਂਗਾ ਮੈਂ ਕਰਨਾ ਕੀ ਹੈ। ਪਰ ਰਾਈਟ ਨਾਓ ਮੇਰਾ ਮੇਰਾ ਪਲਾਨ ਹੈ ਕਿ ਵੀ 2 ਸਾਲ ਦੇ ਬਾਅਦ ਮੈਂ ਮੁੜ ਕੇ ਆ ਕੇ ਮੈਂ ਇੰਡੀਆ ਵਿੱਚ ਇੱਥੇ ਜੋਬ ਕਰਾਂਗਾ, ਤੇ ਮੇਰੀ ਵੈਲਿਊ ਚੇਂਜ ਹੋਏਗੀ। ਬਟ ਅਗਰ ਮੈਨੂੰ ਪਤਾ ਹੈ ਕਿ ਤੁਸੀਂ ਵਰਕ ਪਰਮਿਟ ਦਿੰਦੇ ਹੋ, ਸਟੂਡੈਂਟ ਨੂੰ ਵਰਕ ਪਰਮਿਟ ਮਿਲਦਾ ਹੈ, 2 ਸਾਲ ਮੈਂ ਪੜ੍ਹਾਈ ਕਰਾਂਗਾ, 2 ਸਾਲ ਬਾਅਦ ਵਰਕ ਪਰਮਿਟ ਮਿਲੇਗਾ, ਜਿਹੜੇ 3 ਸਾਲ ਮਿਲੇਗਾ, ਉਹਦੇ ਬਾਅਦ ਮੈਂ ਦੇਖਾਂਗਾ, ਅਗਰ ਕੋਈ ਜੋਬ ਮਿਲਦੀ ਹੈ ਦੈਨ ਆਈ ਵਿਲ ਕੰਸੀਡਰ, ਆਈ ਐਮ ਨੋਟ ਸ਼ਿਓਰ ਕਿ ਮੈਂ ਕਰਾਂਗਾ ਨਹੀਂ ਕਰਾਂਗਾ, ਬਟ ਵੀ ਵਿਲ ਸੀ ਵਟ ਹੈਪਨਸ ਇਨ ਦ ਫਿਊਚਰ। ਪਰ ਰਾਈਟ ਨਾਓ ਮਾਈ ਫੋਕਸ ਇਜ਼ ਟੂ ਸਟੱਡੀ, ਗੈਟ ਮਾਈ ਡਿਪਲੋਮਾ, ਅਤੇ ਜਿਹੜੇ ਸਕਿੱਲ ਡਿਵੈਲਪਮੈਂਟ ਕਰਨੀ ਹੈ ਉਹ ਮੈਂ ਕਰਨੀ ਹੈ। ਦੇਖੋ ਉਹਦੇ ਚ ਕੋਈ ਚੱਲ ਕੇ ਇਦਾਂ ਦੀ ਉਹਨੂੰ ਮਿਲਣੀ ਚਾਹੀਦੀ ਵੀ ਮੈਂ ਉੱਥੇ ਜਾ ਕੇ, ਲੇਕਿਨ ਅਸਲੀ ਚਲਕ ਜਿਹੜੀ ਮੈਂ ਦੇ ਰਿਹਾ ਉਹ ਦੇ ਰਿਹਾ ਕਿ ਮੈਂ ਆਈ ਐਮ ਰਿਸਪੈਕਟਿੰਗ ਦ ਰੂਲਸ ਆਫ ਕੰਟਰੀ, ਉਹ ਮੈਂ ਦੇ ਰਿਹਾ। ਹੁਣ ਇਸ ਵਕਤ ਤੁਸੀਂ ਸਟੂਡੈਂਟ ਵੀਜ਼ਾ ਮੈਨੂੰ ਦੇ ਚੁੱਕੇ ਹੋ, ਦੇ ਰਹੇ ਹੋ, ਤੇ ਸਟੂਡੈਂਟ ਵੀਜ਼ਾ ਜਿਹੜੀ ਕੰਡੀਸ਼ਨਸ ਹੈ, ਜਿਹੜਾ ਲਾਅ ਹੈ, ਉਹ ਮੈਂ ਰਿਸਪੈਕਟ ਕਰਾਂਗਾ। ਜਦ ਪੀ ਆਰ ਅਪਲਾਈ ਕਰਨਾ ਹੋਗਾ ਤਾਂ ਵਟ ਐਵਰ ਦੇ ਰੂਲਸ ਇਜ਼, ਆਈ ਵਿਲ ਸੀ ਇਫ ਆਈ ਕੁਆਲੀਫਾਈ ਆਰ ਨਾਟ, ਬਟ ਆਈ ਡੂ ਨਾਟ ਨੋ ਰਾਈਟ ਨਾਓ, ਮਾਈ ਫੋਕਸ ਇਜ਼ ਸਟੱਡੀ। ਠੀਕ, ਇਹ ਹੈ ਸਹੀ ਆਨਸਰ। ਪਰ ਪਹਿਲੀ ਗੱਲ ਇਹ ਵੀ ਮੈਂ ਸਾਫ਼ ਕਰ ਦਿਆਂ, ਕੈਨੇਡਾ ਵਿੱਚ ਮੇਰੇ ਖਿਆਲ ਉਹ ਇੰਟਰਵਿਊ ਕਰਦੇ ਹੀ ਨਹੀਂ ਅੱਜ ਕੱਲ੍ਹ, ਮੇਰੇ ਖਿਆਲ 99.9% ਇੰਟਰਵਿਊ ਕਰਦੇ ਨਹੀਂ, ਸਿਰਫ ਡਾਕੂਮੈਂਟ ਤੇ ਦੇਖ ਕਰ ਉਹ ਆਪਣਾ ਉਹ ਕਰ ਦਿੰਦੇ, ਰਿਫਿਊਜ਼ ਯੈਸ ਔਰ ਨੋ ਕਰ ਦਿੰਦੇ, ਦੇਰ ਇਜ਼ ਨੋ ਇੰਟਰਵਿਊ। ਸੋ ਜਦ ਅਗਰ ਕਿਸੇ ਦਾ ਇੰਟਰਵਿਊ ਆ ਜਾਏ, ਅਗਰ ਕਿਸੇ ਦਾ ਕੈਨੇਡਾ ਵੀਜ਼ਾ ਦਾ ਇੰਟਰਵਿਊ ਆ ਜਾਏ, ਦੈਟ ਮੀਨਸ ਕਿ ਕੁਛ ਨਾ ਕੁਛ ਗੜਬੜ ਹੈ, ਦੈਟ ਮੀਨਸ ਦੇ ਆਰ ਇਨਵੈਸਟੀਗੇਟਿੰਗ ਸਮਥਿੰਗ, ਔਰ ਦੈਟ ਮੀਨਸ ਦੇ ਆਰ ਨੋਟ ਸ਼ਿਓਰ ਆਫ ਯੋਰ ਇੰਗਲਿਸ਼, ਔਰ ਕੋਈ ਡਾਕੂਮੈਂਟਸ ਔਰ ਸਮਥਿੰਗ, ਜਾਂ ਪੁਰਾਣੀ ਚੀਜ਼ ਕੋਈ ਜਿਹੜੀ ਮਿਸਿੰਗ ਹੈ ਜਾਂ ਗਲਤ ਬਿਆਨ ਹੈ, ਸੋ ਦੇ ਆਰ ਨੋਟ ਸ਼ਿਓਰ ਵਟਸ ਗੋਇੰਗ ਔਨ। ਸੋ ਇੰਟਰਵਿਊ ਨਾ ਹੀ ਆਇਆ ਤਾਂ ਵਧੀਆ ਹੈ। ਬਾਕੀ ਔਨ ਦਾ ਅਦਰ ਹੈਂਡ ਤੁਸੀਂ ਦੇਖ ਲਓ ਅਮੈਰੀਕਨ ਅੰਬੈਸੀ ਦਾ ਦੇਖ ਲਓ, ਅਮੈਰੀਕਨ ਅੰਬੈਸੀ ਵਾਲੇ ਹਮੇਸ਼ਾ ਹਰ ਇੱਕ ਨੂੰ ਇੰਟਰਵਿਊ ਕਰਦੇ ਹੈ, ਭਾਵੇਂ ਕੋਈ ਵੀ ਵੀਜ਼ਾ ਹੋ, ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਕੋਈ ਸਿਕਿਉਰਟੀ ਲੈਵਲ ਥਰੈਟਸ ਵਾਲਾ, ਉਹ ਕੁਛ ਹੋਰ ਚੀਜ਼ ਰਿਕੁਆਇਰਮੈਂਟ ਹੈ, ਉਹ ਹਮੇਸ਼ਾ ਇੰਟਰਵਿਊ ਕਰਦੇ ਹੈ, ਤੇ ਕੈਨੇਡਾ ਵੱਲ ਨਹੀਂ ਕਰਦੇ। ਇਸ ਕਰਕੇ ਐਕਚੁਲੀ ਇੰਡੀਆ ਵਾਲੀ ਕੰਟਰੀ ਵਿੱਚ ਕੈਨੇਡਾ ਜ਼ਿਆਦਾ ਪਾਪੂਲਰ ਹੈ, ਕਿਉਂਕਿ ਸਪੈਸ਼ਲੀ ਉਹ ਸਟੂਡੈਂਟ ਜਿਹੜੇ ਇੰਗਲਿਸ਼ ਨਹੀਂ ਬੋਲਦੇ, ਕਿਸੇ ਤਰੀਕੇ ਨਾਲ ਮਤਲਬ ਖਿੱਚ ਕੁਛ ਕੇ, ਜੈਸਾ ਆਈਲੈਸ ਆ ਗਿਆ, ਕੁਛ ਆ ਗਿਆ, ਸ਼ੋਅ ਕਰਨ ਨੂੰ ਠੀਕ ਹੈ ਵੀ ਭਾਵੇਂ ਉਹਨਾਂ ਨੂੰ ਬੋਲਣਾ ਨਾ ਆਏ, ਪਰ ਉਹਨਾਂ ਨੂੰ ਪਤਾ ਹੈ ਕਿ ਉੱਥੋਂ ਅਸੀਂ ਕੈਨੇਡਾ ਮਤਲਬ ਉਹ ਸੈਟਿਸਫਾਈ ਕਰ ਸਕਦੇ ਕੰਡੀਸ਼ਨ। ਅਮਰੀਕਾ ਤੋਂ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਉੱਥੇ ਜਾ ਕੇ ਬੋਲ ਕੇ ਉਹਨਾਂ ਨੂੰ ਦੱਸਣਾ ਪੈਂਦਾ ਕਿ ਵਾਟ ਯੂ ਆਰ ਡੂ। ਮੇਰੇ ਕੋਲ ਇੱਕ ਕਲਾਇੰਟ ਸੀ ਐਕਚੁਲੀ ਜਿਹਨਾਂ ਨੇ ਕੰਪਿਊਟਰ ਸਾਇੰਸ ਵਿੱਚ ਮੈਂ ਐਡਮਿਸ਼ਨ ਦਵਾਇਆ ਸੀ ਅਮਰੀਕਾ, ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੈ, ਤੇ ਜਦਕਿ ਉਹਨਾਂ ਕੋਲ ਮਤਲਬ ਤੁਸੀਂ ਕੁਲਮੀ ਜੀ ਮੰਨੋਗੇ ਨਹੀਂ, ਉਹਨਾਂ ਕੋਲ ਕੰਪਿਊਟਰ ਸਾਇੰਸ ਦੀ ਡਿਗਰੀ ਸੀ ਪ੍ਰਾਈਵੇਟ ਕਾਲਜ ਤੋਂ ਪੰਜਾਬ ਤੋਂ, ਤੇ ਮੈਨੂੰ ਉਮੀਦ ਸੀ ਕਿਉਂਕਿ ਮੈਂ ਮਿਲਿਆ ਨਹੀਂ ਸੀ ਮੈਂ ਸਟੂਡੈਂਟ ਪਹਿਲਾਂ, ਮੈਂ ਕਿਸੇ ਫੈਮਿਲੀ ਨਾਲ ਇੱਥੇ ਡੀਲ ਕਰ ਰਿਹਾ ਸੀ, ਮੈਂ ਤਾਂ ਕਿਹਾ ਵੀ ਤੁਹਾਨੂੰ ਐਡਮਿਸ਼ਨ ਮਿਲ ਜਾਏਗਾ, ਸੋ ਐਡਮਿਸ਼ਨ ਹੋ ਗਿਆ ਸੀ ਉਹਨਾਂ ਦਾ। ਜਦ ਮੈਂ ਮਤਲਬ ਕਿ ਮੈਂ ਉਸ ਸਟੂਡੈਂਟ ਨੂੰ ਮਿਲਿਆ, ਮੇਰੇ ਤੇ ਮਤਲਬ ਹੋਸ਼ ਉੜ ਗਏ, ਕਿਉਂਕਿ ਜਦ ਮੈਂ ਉਹਨੂੰ 2-3 ਸਵਾਲ ਪੁੱਛਿਆ ਇੰਗਲਿਸ਼ ਵਿੱਚ ਕਿ ਵਟ ਇਜ਼ ਯੋਰ ਇੰਟਰਸਟ ਇਨ ਕੰਪਿਊਟਰਸ ਫਲਾਨਾ, ਇਸ ਤਰ੍ਹਾਂ ਦੇ ਪੁੱਛੇ ਜਾਣਗੇ ਸਵਾਲ, ਤੇ ਮਤਲਬ ਕਿ ਜੋ ਉਹਨਾਂ ਨੇ ਜਵਾਬ ਦਿੱਤਾ ਮੈਨੂੰ ਪਤਾ ਲੱਗਿਆ ਕਿ ਵੀ ਇਹਦਾ ਹੋਣਾ ਨਹੀਂ, ਕਿਉਂਕਿ ਨਾ ਤਾਂ ਉਹਨੂੰ ਇੰਗਲਿਸ਼ ਪਤਾ ਸੀ, ਤੇ ਮੈਂ ਉਹਨਾਂ ਨੂੰ ਕੰਪਿਊਟਰ ਦੇ ਬਾਰੇ ਪਤਾ ਸੀ, ਮੈਨੂੰ ਪਤਾ ਨਹੀਂ ਕਿ ਉਹਨਾਂ ਨੇ ਡਿਗਰੀ ਕਿੱਥੋਂ ਲੈ ਲਈ, ਕਿਸ ਤਰ੍ਹਾਂ ਲੈ ਲਈ। ਇਸ ਕਰਕੇ ਉਹ ਸਾਰਾ ਇਹ ਸਾਰੀ ਸਕਰੂਟਨੀ ਮਤਲਬ ਕਿ ਫੇਸ ਟੂ ਫੇਸ 2 ਮਿੰਟ 1 ਮਿੰਟ ਦੇ ਇੰਟਰਵਿਊ ਵਿੱਚ ਉਹ ਕਲੀਅਰ ਹੋ ਜਾਂਦੀ ਹੈ, ਆਰ ਪਾਰ ਦੀ ਡਰਾਈਵ ਉਸ ਵਕਤ ਹੋ ਜਾਂਦੀ ਹੈ। ਕੈਨੇਡਾ ਵਿੱਚ ਇੱਦਾਂ ਨਹੀਂ ਹੈ, ਕੈਨੇਡਾ ਵਿੱਚ ਅਗਰ ਤੁਹਾਡੇ ਡਾਕੂਮੈਂਟ ਸਹੀ ਹੈ, ਕੋਈ ਗੈਪ ਨਹੀਂ ਹੈ, ਡਾਕੂਮੈਂਟ ਯੂ ਨੋ ਪ੍ਰੂਫ ਆਫ ਫੰਡਸ ਐਂਡ ਫਲਾਨਾ ਆਈਟਮ ਅਟਰ ਪਟਰਮ ਸਭ ਸਹੀ ਹੈ, ਤੇ ਤੁਹਾਨੂੰ ਵਿਦਆਊਟ ਇੰਟਰਵਿਊ ਤੁਹਾਡਾ ਹੋ ਜਾਣਾਗਾ, ਜਾਂ ਅਪਰੂਵਲ ਜਾਂ ਡਿਸਅਪਰੂਵਲ ਦੋਨਾਂ ਹੀ ਹੋ ਜਾਣਾ, ਵਿਦਆਊਟ ਇਸ ਤਰ੍ਹਾਂ ਹੋ ਜਾਣਾ। ਅੱਛਾ, ਜਦੋਂ ਮਤਲਬ ਚਲੋ ਤੁਸੀਂ ਕਾਲਜ ਦੀ ਫੀਸ ਦੇ ਦਿੱਤੀ, ਉਹ ਵੀ ਉਹਨਾਂ ਨੇ ਮੰਨ ਲਈ, ਐਕਸੈਪਟੈਂਸ ਲੈਟਰ ਜਿਹੜਾ ਆ ਕਾਲਜ ਦਾ, ਸਕੂਲ ਦਾ, ਜਿੱਥੇ ਵੀ ਤੁਸੀਂ ਜਾਣਾ ਉਹ ਮਿਲ ਗਿਆ। ਅੱਛਾ, ਹੁਣ ਕਈ ਵਾਰੀ ਉਹ ਤੁਹਾਨੂੰ ਪੁੱਛਦੇ ਜੀ ਆਪਣੇ ਕੁਝ ਅਜਿਹੇ ਸਰੋਤ
ਵੀ ਜਿਹੜਾ ਤੁਸੀਂ ਉੱਥੇ ਇੰਨਾ ਸਮਾਂ ਰਹਿਣਾ ਜਾ ਕੇ ਉਹ ਕਿੱਥੋਂ ਆਉਣਗੇ ਉਹ ਕਿਹੜੀ ਕਿਵੇਂ ਮਤਲਬ ਉਹਨੂੰ ਪਰਖਦੇ ਆ ਦੇਖੋ ਆਮ ਜਿਹੜੀ ਕਾਲਜ ਦੀ ਫੀਸ ਹੈ ਨਾ ਭਾਵੇਂ ਜੂਨੀਅਰ ਕਾਲਜ ਹੈ ਸੀਨੀਅਰ ਕਾਲਜ ਹੈ ਆਮ ਕਾਲਜ ਫੀਸ ਤੁਸੀਂ ਕਰੀਬ ਕਰੀਬ ਮਿਨੀਮਮ ਕਰੀਬ 25,000 ਲੈ ਕੇ ਚੱਲੋ ਸਾਲ ਦਾ ਖਰਚਾ ਮੁਸ਼ਤ ਬਹੁਤ ਵੱਡੀ ਕੋਈ ਰਕਮ ਇੱਦਾਂ ਸ਼ੋ ਹੋ ਜਾਏ ਪਤਾ ਨੀ ਕਿੱਥੋਂ ਆਈ ਵੀ ਹੈਵ ਨੋ ਆਈਡੀਆ ਰਾਈਟ ਜਿਹੜੀ ਇਕੱਠੀ ਅਗਰ ਕਿਸੇ ਨੇ ਕੋਈ ਡਿਪੋਜ਼ਿਟ ਕਰਾਈ ਰਕਮ ਉਸ ਚੀਜ਼ ਨੂੰ ਵੀਜ਼ਾ ਅਫਸਰ ਸਹੀ ਨਹੀਂ ਸਮਝਦੇ ਮਤਲਬ ਕਿ ਅਗਰ ਨੋਰਮਲੀ ਸਟੂਡੈਂਟ ਆਪ ਨੌਕਰੀ ਨਹੀਂ ਕਰ ਰਿਹਾ ਅਗਰ ਉਹਨਾਂ ਦੇ ਪੇਰੈਂਟਸ ਪੇ ਕਰ ਰਹੇ ਹੈ ਤੇ ਪੇਰੈਂਟਸ ਦੀ ਤਨਖਾਹ ਅਗਰ ਕਿਸੇ ਦੀ 40,000 50,000 ਤਨਖਾਹ ਹੈ ਤੇ ਪਿਛਲੇ ਮਤਲਬ ਅਗਰ ਕੋਈ ਪੇ ਚੈੱਕ ਦਾ ਕੋਈ ਡਿਪੋਜ਼ਿਟ ਦਾ ਕੋਈ ਸਿਲਸਿਲਾ ਚੱਲ ਰਿਹਾ ਹੈ ਪਿਛਲੇ 1-2 ਸਾਲ ਦੀ ਬੈਂਕ ਸਟੇਟਮੈਂਟ ਪਤਾ ਲੱਗ ਰਿਹਾ ਕਿ ਰੈਗੂਲਰ ਇਨਕਮ ਜੁੜ ਰਹੀ ਹੈ ਤੇ ਸੋਰਸ ਆਫ ਫੰਡਸ ਇਜ਼ ਕਲੀਅਰ ਕੋਈ ਇਹਦੇ ਵਿੱਚ ਕੋਈ ਮਿਸਟਰੀ ਨਹੀਂ ਹੈ ਕਿ ਵੀ ਕਿੱਥੋਂ ਪੈਸਾ ਫੜ ਕੇ ਲਿਆਇਆ ਹੈ ਕਿੱਥੋਂ ਜਮ੍ਹਾਂ ਕਰ ਲਿਆ ਵੀ ਹੈਵ ਨੋ ਯੂ ਨੋ ਆਈਡੀਆ ਇਸ ਕਰਕੇ ਉਹ ਮਿਸਟਰੀ ਨਹੀਂ ਹੈ ਦੇ ਆਰ ਲੁਕਿੰਗ ਐਟ ਕਿ ਵੀ ਬੰਦਾ ਇਹ ਅਫੋਰਡ ਵੀ ਕਰ ਸਕਦਾ ਹੈ ਨਹੀਂ ਕਰ ਸਕਦਾ ਇਹ ਨਹੀਂ ਕਿ ਸਿਰਫ ਕੈਨੇਡਾ ਜਾਣ ਲਈ ਬਹਾਨੇ ਕਰਨ ਲਈ ਮੈਂ ਕਿਸੇ ਤੋਂ ਸ਼ੋ ਕਰ ਲਏ ਫੰਡਸ ਲੇਕਿਨ ਅਦਰਵਾਈਜ਼ ਹੀ ਕੈਨ ਨੋਟ ਅਫੋਰਡ ਇਟ ਸੋ ਦੈਟ ਇਜ਼ ਨੰਬਰ ਵਨ ਇਸ਼ੂ ਅਗਰ ਜੇ ਵਾਕਈ ਕਿਸੇ ਕੋਲ ਪੈਸਾ ਨਹੀਂ ਅਗਰ ਬੈਂਕ ਹਿਸਟਰੀ ਨਹੀਂ ਹੈ ਤੇ ਮੈਂ ਰਿਕਮੈਂਡ ਕਰਦਾ ਕਿ ਉਹ ਲੋਨ ਲੈ ਕਿਸੇ ਵੀ ਇੰਸਟੀਟਿਊਸ਼ਨ ਤੋਂ ਜਿਸ ਸਟੇਟ ਬੈਂਕ ਪੀ ਐਨ ਬੀ ਵਾਲਾ ਅੱਜ ਕੱਲ੍ਹ ਇਹ 10-15 ਲੱਖ ਦੇ ਲੋਨ ਆਮ ਹੀ ਦਿੰਦੇ ਆ ਨੋ ਪ੍ਰੋਬਲਮ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਲੋਨ ਨੂੰ ਵਰਤੋ ਇਨਸਕਿਉਰਡ ਲੋਨ ਦੇ ਦਿੰਦੇ ਨਹੀਂ ਇਨਸਕਿਉਰ ਮੈਨੂੰ ਪਤਾ ਨਹੀਂ ਇਨਸਕਿਉਰ ਨਹੀਂ ਮੇਰਾ ਕੋਈ ਨਾ ਕੋਈ ਗਾਰੰਟੀ ਕਰਦੇ ਹੁੰਦੇ ਕੋਈ ਕਰਦੀ ਆ ਕੋਈ ਉਹਨਾਂ ਦੇ ਜਿਹੜੇ ਪੇਰੈਂਟਸ ਦੀ ਕੋਈ ਮਤਲਬ ਜੋਬ ਦੀ ਇਸ ਤਰ੍ਹਾਂ ਦੀ ਕੁਝ ਨਾ ਕੁਝ ਸਿਕਿਉਰਟੀ ਕਰਦੇ ਜ਼ਰੂਰ ਹੋਣੇ ਪਰ ਮੈਂ ਇਹ ਨਹੀਂ ਕਿਹਾ ਕਿ ਤੁਸੀਂ ਲੈ ਕੇ ਮਤਲਬ ਉਸ ਚੀਜ਼ ਨੂੰ ਯੂਜ਼ ਕਰੋ ਤੁਹਾਡੇ ਕੋਲ ਆਪਣਾ ਪਰਸਨਲ ਫੰਡਸ ਹੈ ਤੁਹਾਡੇ ਕੋਲ ਇੱਥੇ ਵੀ ਕੋਈ ਅਗਰ ਰਿਸ਼ਤੇਦਾਰ ਹੈਗਾ ਫਰੈਂਡਸ ਵਗੈਰਾ ਅਗਰ ਤੁਹਾਨੂੰ ਇੱਥੇ ਦੇਣ ਨੂੰ ਤਿਆਰ ਹੈ ਜਿਹੜਾ ਕੈਨੇਡਾ ਆਲਰੇਡੀ ਬੈਠਾ ਹੈ ਦੈਨ ਯੂ ਕੈਨ ਫਾਈਂਡ ਆਊਟ ਫਰੋਮ ਦੈਮ ਪਰ ਲੋਨ ਦੇ ਲੈ ਕੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰੋ ਦੈਟ ਇਜ਼ ਅ ਵੈਰੀ ਗੁੱਡ ਵੇ ਤੀਸਰਾ ਹੈ ਕਿ ਵੀ ਜਿਹੜਾ ਲਿਵਿੰਗ ਐਕਸਪੈਂਸ ਹੈ ਉਹਦੇ ਲਈ ਤੇ ਤੁਹਾਨੂੰ ਅੱਜ ਕੱਲ੍ਹ ਉਹਨਾਂ ਨੇ ਬੜਾ ਹੀ ਸੁਖਾਲਾ ਕਰਤਾ ਕਿ ਵੀ ਤੁਸੀਂ $10,000 ਜਿਹੜੇ 5 ਲੱਖ ਰੁਪਏ ਜਮ੍ਹਾਂ ਕਰੋ ਲੋਕਲ ਬੈਂਕ ਵਿੱਚ ਤੁਹਾਡੇ ਉੱਥੋਂ ਮਤਲਬ ਇਹ ਜਮ੍ਹਾਂ ਹੋ ਕੇ ਸਕੋਸ਼ੀਆ ਬੈਂਕ ਦੇ GIC ਸ਼ੋਅ ਕਰਦਾ ਉਹ ਸੋ ਲਿਵਿੰਗ ਐਕਸਪੈਂਸ ਆਲਰੇਡੀ ਟੇਕਨ ਕੇਅਰ ਆਫ ਤੁਸੀਂ ਸਿਰਫ ਆਪਣਾ ਟਿਊਸ਼ਨ ਫੀਸ ਸ਼ੋਅ ਕਰਨਾ ਕਿ ਟਿਊਸ਼ਨ ਫੀ ਕਿੱਥੋਂ ਪੇ ਕਰਨੀ ਹੈ ਬਸ ਇੰਨਾ ਹੀ ਹੈ ਬਾਕੀ ਇੱਕ ਚੀਜ਼ ਹੋਰ ਮੈਂ ਕਲੀਅਰ ਕਰਦਾ ਕਿ ਕਈ ਲੋਕਾਂ ਦਾ ਇਸ ਤਰ੍ਹਾਂ ਖਿਆਲ ਹੈ ਕਿ ਵੀ ਅਗਰ 2 ਸਾਲ ਦਾ ਪ੍ਰੋਗਰਾਮ ਹੈ ਸੋ ਦੈਟ ਮੀਨਸ ਕਿ $15,000 ਸਾਲ ਦੀ $30,000 2 ਸਾਲ ਦੀ ਫੀਸ ਤਾਂ ਨਹੀਂ ਸ਼ੋਅ ਕਰਨੀ ਨਹੀਂ ਇੱਦਾਂ ਦਾ ਰੂਲ ਨਹੀਂ ਹੈ ਬਿਲਕੁਲ ਸਿਰਫ ਤੁਸੀਂ ਸ਼ੋਅ ਕਰਨੀ ਫੀਸ ਸਿਰਫ 1 ਈਅਰ ਫਸਟ ਈਅਰ ਦੀ $15,000 ਹੀ ਬਹੁਤ ਹੈ ਮਤਲਬ ਅਗਲੇ ਸਾਲ ਦੀ ਸ਼ੋਅ ਨਹੀਂ ਕਰਨੀ ਠੀਕ ਹੈ ਉਹ ਤਾਂ ਮਤਲਬ ਜੇ ਤੁਸੀਂ ਆਓਗੇ ਫਿਰ ਪਾਰਟ ਟਾਈਮ ਵਰਕ ਵੀ ਕਰ ਸਕਦੇ ਹੋ ਤੁਹਾਡਾ ਕੋਈ ਹੋਰ ਕੋਈ ਇਨਸਾਮ ਹੋ ਜਾਏਗਾ ਸੋ ਦੇ ਆਰ ਐਟ ਦ ਟਾਈਮ ਆਫ ਵੀਜ਼ਾ ਇਸ਼ੂਅੰਸ ਵੀ ਆਰ ਜਸਟ ਲੁਕਿੰਗ ਐਟ ਦ ਫਸਟ ਈਅਰ ਆਫ ਫੀਸ ਸਿਰਫ ਫਸਟ ਈਅਰ ਫੀਸ ਦਾ ਮਤਲਬ ਨਾ ਬਾਕੀ ਦਾ ਮਤਲਬ ਨਹੀਂ ਅੱਛਾ ਇੱਕ ਹੋਰ ਚੀਜ਼ ਹੈ ਤੁਸੀਂ ਇਹ ਦੇਖਿਆ ਹੋਣਾ ਕਈ ਵਾਰ ਤੁਸੀਂ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਦੇਖਿਆ ਨਾ ਕਿ ਵੀ ਜਿਹੜੇ ਸਟੂਡੈਂਟਸ ਆਏ ਹੋਏ ਚਾਈਨਾ ਤੋਂ ਕੋਰੀਆ ਤੋਂ ਜਪਾਨ ਵਗੈਰਾ ਤੋਂ ਜਿਹੜੇ ਬਹੁਤ ਵੱਡੇ ਵੱਡੇ ਕੰਟਰੀ ਆ ਜਿਹੜੇ ਜਿਹਨਾਂ ਕੋਲ ਪੈਸਾ ਜ਼ਿਆਦਾ ਹੈ ਦੇ ਆਰ ਕਮਿੰਗ ਵਿਦ ਵਾਈਫ ਐਂਡ ਚਿਲਡਰਨ ਉਹ ਪੂਰੀ ਫੈਮਿਲੀ ਸਮੇਤ ਆ ਕੇ ਇੱਥੇ ਪੜ੍ਹ ਰਹੇ ਉਹ ਪੜ੍ਹ ਵੀ ਰਹੇ ESL ਪੜ੍ਹ ਰਿਹਾ ਕੋਈ ਕੁਛ ਛੋਟੇ ਮੋਟੇ ਕੋਰਸ ਕਰ ਰਹੇ ਮਤਲਬ ਕੋਈ ਬਹੁਤ ਵੱਡੇ ਕੋਰਸ ਨਹੀਂ ਕਰ ਰਿਹਾ ਅਗਰ ਤੁਸੀਂ ਇੰਡੀਆ ਬਾਈ ਕਈ ਵਾਰ ਇੰਡੀਆ ਤੋਂ ਵੀ ਲੋਕ ਮੈਨੂੰ ਇਹ ਸਵਾਲ ਪੁੱਛਦੇ ਇੱਥੇ ਵੀ ਮੈਨੂੰ ਪੁੱਛਦੇ ਕਿ ਵੀ ਅਸੀਂ ਆਪਣੇ ਵਾਈਫ ਨੂੰ ਕਿੱਦਾਂ ਲਿਆ ਸਕਦੇ ਹਾਂ ਅੱਛਾ ਇੱਦਾਂ ਵੀ ਹੋ ਸਕਦਾ ਕਿ ਸਪੋਜ਼ ਸਟੂਡੈਂਟ ਇੱਥੇ ਆ ਗਿਆ ਆਉਣ ਦੇ ਬਾਅਦ ਵੀ 6 ਮਹੀਨੇ ਬਾਅਦ 1 ਸਾਲ ਬਾਅਦ ਉਹਦੀ ਮੈਰਿਜ ਹੋ ਗਈ ਹਾਲੀ ਤੁਹਾਡੀ ਪੜ੍ਹਾਈ ਬਚੀ ਹੋਈ ਹੈ 1 ਸਾਲ ਬਚੀ ਹੋਈ ਹੈ ਈਵਨ ਜ਼ਿਆਦਾ ਬਚੀ ਹੋਈ ਹੈ ਹੁਣ ਵਾਈਫ ਨੂੰ ਕਿੱਦਾਂ ਲੈ ਕੇ ਆਉਣਾ 99% ਸਟੂਡੈਂਟ ਇਹ ਗਲਤੀ ਕਰਦੇ ਹੈ ਕਿ ਵੀ ਸਟੂਡੈਂਟ ਆਪਣਾ ਸਟੈਟਸ ਹੈ ਲੇਕਿਨ ਵਾਈਫ ਨੂੰ ਕਹਿੰਦੇ ਕਿ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਲਓ ਦੈਟ ਇਜ਼ ਰੋਂਗ ਵਾਈਫ ਨੂੰ ਕਦੇ ਵੀ ਟੂਰਿਸਟ ਵੀਜ਼ਾ ਨਹੀਂ ਮਿਲੇਗਾ ਟੂਰਿਸਟ ਵੀਜ਼ਾ ਹਮੇਸ਼ਾ ਰਿਫਿਊਜ਼ ਹੋਗਾ ਕਿਉਂਕਿ ਟੂਰਿਸਟ ਵੀਜ਼ਾ ਦੀ ਜਿਹੜੀ ਕੰਡੀਸ਼ਨ ਹੈ ਉਹ ਹੈ ਕਿ ਤੁਸੀਂ ਜਾਓਗੇ ਮੁੜ ਕੇ ਵਾਪਸ ਆਓਗੇ ਵਿੱਚ ਆਫ ਕੋਰਸ ਇਟਸ ਨਾਟ ਗੋਇੰ ਟੂ ਹੈਪਨ ਕਿਉਂਕਿ ਹਸਬੈਂਡ ਵਾਈਫ ਦਾ ਇਦਾਂ ਹੈ ਕਿ ਦੇ ਵਿਲ ਲਿਵ ਟੂਗੇਦਰ ਨਹੀਂ ਮਤਲਬ ਤੁਹਾਡਾ ਮਤਲਬ ਵੀ ਸਟੂਡੈਂਟ ਇੱਥੇ ਆਇਆ ਫਿਰ ਆਉਣ ਤੋਂ ਬਾਅਦ ਉਹਨੇ ਵਿਆਹ ਕਰਾਇਆ ਹਾਂਜੀ ਆਉਣ ਤੋਂ ਬਾਅਦ ਆ ਕੇ 6 ਮਹੀਨੇ ਬਾਅਦ 1 ਸਾਲ ਬਾਅਦ ਛੁੱਟੀ ਗਿਆ ਕਰ ਗਿਆ ਮਾਪੇ ਨੇ ਕਿਹਾ ਵਾਪਸ ਚਲਾ ਗਿਆ ਦੀਵਾਲੀ ਦੁਸਹਿਰਾ ਬਣਾ ਜਾਂ ਸਮਥਿੰਗ ਵਟਐਵਰ ਤੇ ਉਹਨਾਂ ਨੇ ਕਿਹਾ ਵੀ ਚਲੋ ਤੁਹਾਡੀ ਮੈਰਿਜ ਕਰਦੇ ਜੀ ਮੈਰਿਜ ਹੋ ਗਈ ਖੁਸ਼ ਹੋ ਗਏ ਜੀ ਕੈਨੇਡਾ ਤੋਂ ਆਇਆ ਹੁਣ ਸਵਾਲ ਹੈ ਕਿ ਵੀ ਵਾਈਫ ਕਿੱਦਾਂ ਜਾਏਗੀ ਹੁਣ ਜਾਂ ਤੇ ਸਟੂਡੈਂਟ ਪੂਰਾ ਆਪਣਾ ਗ੍ਰੈਜੂਏਟ ਕਰਕੇ ਵਰਕ ਪਰਮਿਟ ਲੈ ਕੇ ਫਿਰ ਜਾ ਕੇ PR ਬਣੇ ਤਾਂ ਤਾਂ ਵਾਈਫ ਹੈਗੀ ਇਟ ਵਿਲ ਟੇਕ ਮੈਨੀ ਈਅਰਸ 3-4-5 ਮੇ ਬੀ ਲੌਂਗ ਈਅਰਸ ਦੂਸਰਾ ਜਿਹੜਾ ਸਰਕਾਰੀ ਇੱਕ ਇਹਨਾਂ ਤੋਂ ਬੈਨੀਫਿਟ ਹੈ ਕਿ ਆਟੋਮੈਟਿਕਲੀ CIC ਕਹਿ ਰਹੀ ਕਿ ਤੁਸੀਂ ਆਪਣੇ ਵਾਈਫ ਨੂੰ ਵਰਕ ਪਰਮਿਟ ਲਈ ਕਹੋ ਕਿ ਵਰਕ ਪਰਮਿਟ ਅਪਲਾਈ ਕਰੇ ਹੁਣ ਸਟੂਡੈਂਟ ਸਪੋਜ਼ ਮੈਂ ਮੇਰੇ ਕੋਲ ਸਟੂਡੈਂਟ ਵੀਜ਼ਾ ਹੈ ਸਟੂਡੈਂਟ ਪਰਮਿਟ ਹੈ ਤੇ ਮੈਂ ਮੇਰੀ ਵਾਈਫ ਡਾਇਰੈਕਟਲੀ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦੀ ਹੈ ਫਰੋਮ ਚੰਡੀਗੜ੍ਹ ਇਟਸੈਲਫ ਓਪਨ ਵਰਕ ਪਰਮਿਟ ਮਿਲ ਸਕਦਾ ਲੇਕਿਨ ਬਹੁਤ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈ
अच्छा जिन्हां नूं पता है वो भी गलती इदां दे कर बैठदे हैं कि भी वो पैसे नहीं शो करदे अगर मैं अपनी वाइफ नूं इत्थे ओपन वर्क परमिट ते ला रहा हां या ते मेरे कोई ऑलरेडी जॉब ऑफर है उहदे लई कंफर्म जॉब ऑफर तां ते गल कुछ होर है विच इज नॉट गोइंग टू हैपन दूसरा है कि या ते मतलब मेरे कोल आप अपने फंड्स हैं ਜਿਹਨੂੰ ਲੈ ਕੇ ਮੈਂ ਇਨੀਸ਼ੀਅਲੀ ਵਾਈਫ ਨੂੰ ਸਪੋਰਟ ਤੇ ਮੈਂ ਕਰ ਸਕਦਾ ਕਿਉਂਕਿ ਆਈ ਨੀਡ ਟੂ ਹੈਵ ਅਪਾਰਟਮੈਂਟ ਕੋਈ ਬੇਸਮੈਂਟ ਕੋਈ ਯੂਟਿਲਿਟੀ ਬਿਲ ਜਾਂ ਲੀਜ਼ ਜਾਂ ਕੋਈ ਹੋਰ ਆਈ ਨੀਡ ਐਟਲੀਸਟ $10,000 ਪਰ ਈਅਰ ਟੂ ਸਪੋਰਟ ਮਾਈ ਵਾਈਫ ਅਗਰ ਤੁਸੀਂ ਪੈਸੇ ਨਹੀਂ ਸ਼ੋਅ ਕਰੋਗੇ ਤੇ ਫਿਰ ਵੀ ਓਪਨ ਵਰਕ ਪਰਮਿਟ ਲੱਗਦਾ ਪਰ ਇਹ ਤਾਂ ਅਮਰਜੋਤ ਵੈਸੇ ਮੈਂ ਇੱਕ ਗੱਲ ਸੋਚ ਰਿਹਾ ਵੀ ਜੇ ਫਰਜ਼ ਕਰੋ ਕੋਈ ਬੰਦਾ ਪੜ੍ਹਨ ਆਉਂਦਾ ਛੋਟੀ ਉਮਰ ਦੇ ਸਟੂਡੈਂਟ ਹੈਗੇ ਆ ਇਹ ਤਾਂ ਜ਼ਿਆਦਾ ਕੰਪਲੀਕੇਟ ਨਹੀਂ ਆਪਣੇ ਆਪ ਨੂੰ ਕਰ ਲੈਂਦੇ ਵੀ ਚੰਗਾ ਜੀ ਹੁਣ ਜਾ ਕੇ ਵਿਆਹ ਕਰ ਲਓ ਤੇ ਉੱਥੇ ਵਾਈਫ ਨੂੰ ਸੱਦ ਲਓ ਉਹਨੂੰ ਪਰਮਿਟ ਦੇ ਸੱਦ ਮਰਜ਼ੀ ਹੈ ਨਹੀਂ ਯੂ ਰਾਈਟ ਮਰਜ਼ੀ ਦੇਖੋ ਮਰਜ਼ੀ ਹੈ ਮੈਂ ਨਹੀਂ ਕਹ ਰਿਹਾ ਕਿ ਛੋਟ ਮੈਂ ਇਹ ਇੱਕ ਲਾਅ ਅਵੇਲੇਬਲ ਹੈ ਐਡਲਟ ਹੈ 18 ਦੇ ਬਾਅਦ ਐਵਰੀਬਾਡੀ ਇਜ਼ ਅਡਲਟ ਅਗਰ ਕੋਈ ਆਲਰੇਡੀ ਸਟੂਡੈਂਟ ਹੈ ਜਿਹੜੇ ਜਿਹਦੀ ਉਮਰ 20-25 ਸਾਲ ਹੈ ਜਾਂ ਉਹ 30 ਇਅਰ ਸਮਥਿੰਗ ਦੇ ਡੋਨਟ ਕੇਅਰ ਐਜ਼ ਲੌਂਗ ਐਜ਼ ਤੁਹਾਡੇ ਕੋਲ ਇੱਕ ਸਪਾਊਸ ਹੈ ਸਿਸਟਮ ਤੁਹਾਨੂੰ ਇੱਕ ਪ੍ਰਿਵਿਲੇਜ ਦੇ ਰਿਹਾ ਕਿ ਤੁਸੀਂ ਆਪਣੀ ਵਾਈਫ ਨੂੰ ਇੱਥੇ ਲਿਆ ਕੇ ਆਪਣੇ ਨਾਲ ਰੱਖ ਸਕਦੇ ਦੈਟਸ ਆਲ ਨਹੀਂ ਮੈਂ ਤੁਹਾਡੀ ਗੱਲ ਮੰਨਦਾ ਹਾਂ ਹਾਂ ਉਹਨਾਂ ਦੀ ਗਲਤੀ ਹੈ ਜਿਹੜੇ ਜਿਹੜੇ ਤੁਹਾਡੇ ਪਰਿਵਾਰ ਜਾਂ ਸੰਬੰਧੀ ਜਾਂ ਜਿਹੜੇ ਫੈਮਿਲੀ ਫਰਮ ਉਹਨਾਂ ਦੀ ਗਲਤੀ ਜ਼ਰੂਰ ਹੈ ਕਿ ਅਗਰ ਬੱਚਾ ਅਗਰ ਤਿਆਰ ਹੀ ਨਹੀਂ ਹੈ ਆਪਣੀ ਰਿਸਪੋਂਸਿਬਿਲਿਟੀ ਲੈਣ ਲਈ ਜਾਂ ਜੋਬ ਨਹੀਂ ਹੈ ਸਮਥਿੰਗ ਤੇ ਮੈਰਿਜ ਨਾ ਕਰੋ ਮੈਂ ਤਾਂ ਕਹਿ ਰਿਹਾ ਕਿਸੇ ਦੀ ਮੈਰਿਜ ਆਲਰੇਡੀ ਹੋ ਗਈ ਦੇਖੋ ਮੈਂ ਕਹਿੰਦਾ ਵੀ ਉਹ ਪੜ੍ਹਾਈ ਲਿਖਾਈ ਆਪਣੀ ਫਿਨਿਸ਼ ਕਰਨ ਜੇ ਉਹਨਾਂ ਦਾ ਇੱਥੇ ਕੰਮ ਬਣਦਾ ਆ ਇੱਥੇ ਰਹਿਣ ਦਾ ਬਣਦਾ ਤੇ ਉਹ ਗੱਲ ਨੂੰ ਪਹਿਲਾਂ ਕਰਨ ਫੇਰ ਬਾਅਦ ਦੇ ਵਿੱਚ ਜਾ ਕੇ ਜਿਹੜਾ ਵੈਡਿੰਗ ਵਾਲਾ ਕੰਮ ਹੈ ਉਹ ਕਰ ਸਕਦੇ ਆ ਉਹਦੇ ਏਡੀ ਕਾਹਲ ਕਿਹੜੀ ਹੈਗੀ ਹੈ ਕੋਈ ਗੱਲ ਰਾਦਰ ਦੈਨ ਵੀ ਤੁਸੀਂ ਉਹ ਸਾਰੀ ਗੱਲ ਨੂੰ ਇੰਨਾ ਕੰਪਲੀਕੇਟ ਕਰ ਬੈਠੋ ਬਾਅਦ ਦੇ ਵਿੱਚ ਫੇਰ ਉਹ ਜਦੋਂ ਤੁਸੀਂ ਕਿਹਾ ਵੀ ਕੋਈ ਕਹਿੰਦਾ ਚੰਗਾ ਜੀ ਉਹਨਾਂ ਨੂੰ ਵਿਜ਼ਿਟਰ ਹੀ ਸੱਦ ਲਓ ਜੇ ਉਹਦੇ ਜਿਹਨਾਂ ਨੂੰ ਪਤਾ ਲੱਗ ਗਿਆ ਵੀ ਉਹਦੀ ਵਾਈਫ ਹੈ ਫੇਰ ਉਹਨਾਂ ਨੇ ਉੱਥੇ ਰਫੜ ਖੜਾ ਕਰ ਦੇਣਾ ਬਿਲਕੁਲ ਬਿਲਕੁਲ ਇੱਕ ਤੇ ਆਹ ਵੀ ਗਲਤੀ ਕਰਦੇ ਆ ਜਿਹੜੇ ਸਟੂਡੈਂਟ ਜਿਹੜੇ ਸਟੂਡੈਂਟ ਸਟੂਡੈਂਟ ਦੀ ਵਾਈਫ ਵੀ ਟੂਰਿਸਟ ਵੀਜ਼ਾ ਨਹੀਂ ਲੈ ਸਕਦੀ ਦੂਸਰਾ ਜਿਹਨਾਂ ਦਾ ਜਿਹਨਾਂ ਕੋਲ ਆਲਰੇਡੀ ਵਰਕ ਪਰਮਿਟ ਹੈ ਆਲਰੇਡੀ ਟੈਂਪਰੇਰੀ ਫੋਰਨ ਵਰਕਰ ਚ ਆਏ ਹੋਏ ਹੈ ਉਹਨਾਂ ਦੀ ਵਾਈਫ ਵੀ ਟੂਰਿਸਟ ਵੀਜ਼ਾ ਨਹੀਂ ਲੈ ਸਕਦੀ ਕਿ ਉਹਨਾਂ ਨੂੰ ਵੀ ਵਰਕ ਪਰਮਿਟ ਮਿਲੇਗਾ ਪ੍ਰੋਵਾਈਡਡ ਦੇ ਹੈਵ ਦ ਇਨਕਮ ਪ੍ਰੋਵਾਈਡਡ ਦੇ ਹੈਵ ਦ ਸੈਲਰੀ ਕੋਈ ਆਪਣਾ ਯੂਟਿਲਿਟੀ ਬਿਲ ਜਾਂ ਕੋਈ ਲੀਜ਼ ਜਾਂ ਸਮਥਿੰਗ ਅਗਰ ਤੁਸੀਂ ਸਸਟੇਨ ਕਰ ਸਕਦੇ ਹੋ ਆਪਣੀ ਵਾਈਫ ਨੂੰ ਇੱਥੇ ਮੇਨਟੇਨ ਕਰ ਸਕਦੇ ਹੋ ਤੇ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ ਕਈ ਮੇਰੇ ਕੇਸ ਹੈ ਇਸ ਤਰ੍ਹਾਂ ਦੇ ਜਿਨ੍ਹਾਂ ਕੋਲ ਪਹਿਲਾਂ ਮਤਲਬ ਕਿ ਉਹਨਾਂ ਨੂੰ ਟੂਰਿਸਟ ਵੀਜ਼ਾ ਲੱਗਿਆ ਸੀ ਫਿਰ ਦੁਬਾਰਾ ਮੈਂ ਸਿਰਫ ਉਹਨਾਂ ਦੇ ਐਪਲੀਕੇਸ਼ਨ ਭਰ ਕੇ ਵਰਕ ਪਰਮਿਟ ਅਪਲਾਈ ਕੀਤਾ ਝਟ ਵੀ ਵਰਕ ਪਰਮਿਟ ਲੱਗ ਗਿਆ ਸੋ ਕਈ ਐਗਜ਼ਾਮਪਲ ਹੈ ਮੇਰੇ ਕੋਲ ਇਸ ਤਰ੍ਹਾਂ ਅੱਛਾ ਜਿਹੜੀਆਂ ਹੁਣ ਇਹ ਵੀ ਗੱਲ ਕਹਿੰਦੇ ਜੀ ਵੀ ਕੁਝ ਆਬਲੀਗੇਸ਼ਨਸ ਤੇ ਟਾਈਜ਼ ਵਿਦ ਦਾ ਹੋਮ ਕੰਟਰੀ ਹਾਂਜੀ ਹਾਂਜੀ ਉਹ ਹੁਣ ਜੇ 18 ਸਾਲਾਂ ਦਾ ਬੱਚਾ ਆ ਰਿਹਾ ਉਹ ਕਹਿੰਦਾ ਵੀ ਮੈਂ ਤਾਂ ਮੇਰੇ ਤਾਂ ਮਤਲਬ ਮਾਤਾ ਪਿਤਾ ਉੱਥੇ ਰਹਿੰਦੇ ਮੈਂ ਤਾਂ ਮੁੜ ਕੇ ਹੀ ਆਉਣਾ ਮੇਰੇ ਭੈਣ ਭਰਾ ਉੱਥੇ ਰਹਿੰਦੇ ਆ ਇਹਦੋਂ ਵੱਡੀ ਟਾਈਜ਼ ਹੋਰ ਕੀ ਹੋ ਸਕਦੀ ਹੈ ਨਹੀਂ ਇੰਨਾ ਈਜ਼ੀ ਨਹੀਂ ਹੈ ਉਹਨੂੰ ਇਹਨੂੰ ਕਹਿਣਾ ਜਾਂ ਸਾਬਿਤ ਕਰਨਾ ਮੈਂ ਤਾਂ ਇੱਕ ਐਗਜ਼ਾਮਪਲ ਦਿਆਂ ਥੋੜ੍ਹਾ ਕਲੈਰੀਫਾਈ ਕਰਨ ਲਈ ਕਿ ਸਪੋਜ਼ ਅਗਰ ਅਗਰ ਪਹਿਲਾਂ ਉਸ ਫੈਮਿਲੀ ਨੂੰ ਪਹਿਲਾਂ ਹੀ ਕਿਸੇ ਤੋਂ ਸਪੋਂਸਰਸ਼ਿਪ ਮਿਲ ਚੁੱਕੀ ਹੈ ਕੈਨੇਡਾ ਤੋਂ ਲੈਟਸ ਸੇ ਕਿ ਵੀ ਮੈਂ ਆਪਣੇ ਫਾਦਰ ਮਦਰ ਨੂੰ ਸਪੋਂਸਰ ਮੈਂ ਪਹਿਲਾਂ ਹੀ ਮੈਂ ਕਰ ਚੁੱਕਿਆ ਤੇ ਮੇਰਾ ਬ੍ਰਦਰ ਉਸ ਵਕਤ ਡਿਪੈਂਡੈਂਸੀ ਤੋਂ ਪਾਰ ਕਰ ਗਿਆ ਠੀਕ ਹੈ ਉਹ ਡਿਪੈਂਡੈਂਸੀ ਕਰਕੇ ਏਜ ਕ੍ਰੋਸ ਕਰਕੇ ਉਹ ਮਤਲਬ ਉਹਦਾ ਫਾਇਦਾ ਨਹੀਂ ਹੋਇਆ ਉਹ ਨਹੀਂ ਆ ਸਕਿਆ ਦੈਟ ਮੀਨਸ ਉਹ ਕੱਲਾ ਰਹਿ ਗਿਆ ਤੇ ਬਾਕੀ ਇੱਥੇ ਆ ਗਏ ਸਭ ਠੀਕ ਹੈ ਹੁਣ ਮੈਨੂੰ ਦੱਸੋ ਕਿ ਉਹਦੀ ਟਾਈਜ਼ ਕਿੱਥੇ ਗਈਆਂ ਉਹਦੀ ਆਬਲੀਗੇਸ਼ਨ ਕਿੱਥੇ ਹੈ ਸਾਰੀ ਹੁਣ ਉਹ ਕੱਲਾ ਰਹਿ ਗਿਆ ਉਹਨੂੰ ਪਤਾ ਹੈ ਕਿ ਉਹਦਾ ਬ੍ਰਦਰ ਵੀ ਇੱਥੇ ਹੈ ਮਦਰ ਫਾਦਰ ਵੀ ਹੋਰ ਬਾਕੀ ਜਿੰਨੇ ਵੀ ਜਿਹੜੇ ਨੇੜੇ ਦੇ ਜਿਹੜੇ ਸਰਕਲ ਵਿੱਚ ਹੈ ਸਭ ਦੇ ਆਲ ਗੋਨ ਟੂ ਕਮ ਟੂ ਕੈਨੇਡਾ ਹੁਣ ਦੱਸੋ ਉਹ ਕਿੱਦਾਂ ਪ੍ਰੂਵ ਕਰ ਲੇਗਾ ਮੇਰੀ ਆਬਲੀਗੇਸ਼ਨ ਕੀ ਹੈ ਟਾਈਜ਼ ਕੀ ਇਨਫੈਕਟ ਆਲ ਦ ਵੇਅਰ ਦਾ ਰਾਊਂਡ ਉਹਦੀ ਟਾਈਜ਼ ਤੇ ਹੁਣ ਕੈਨੇਡਾ ਨਾਲ ਜੁੜ ਗਈਆਂ ਸੋ ਇਨ ਦਿਸ ਇਜ਼ ਆਬਵੀਅਸ ਕੇਸ ਕਿ ਉਹਨੂੰ ਸਟੂਡੈਂਟ ਵੀਜ਼ਾ ਨਹੀਂ ਮਿਲਣਾ ਔਨ ਦ ਅਦਰ ਦਿਸ ਇਜ਼ ਐਕਸਟ੍ਰੀਮ ਐਗਜ਼ਾਮਪਲ ਮੈਂ ਲਿਆ ਵੈਸੇ ਲੇਕਿਨ ਇੱਕ ਰੈਗੂਲਰ ਕੇਸ ਵਿੱਚ ਰੈਗੂਲਰ ਸਿਚੁਏਸ਼ਨ ਵਿੱਚ ਜਿੱਥੇ ਅਗਰ ਕੋਈ ਪੂਰੀ ਫੈਮਿਲੀ ਵਿੱਚ ਕੋਈ ਕੈਨੇਡਾ ਉਹਨਾਂ ਦਾ ਕੋਈ ਨਹੀਂ ਮਾਈਗ੍ਰੇਟ ਕੀਤਾ ਜਿਸ ਦਾ ਕੋਈ ਲੈਟਸ ਸੇ ਕੋਈ ਬ੍ਰਦਰ ਹੋ ਡਸਨਟ ਮੈਟਰ ਬ੍ਰਦਰ ਹੋ ਜਾਂ ਕੁਝ ਇਟਸ ਓਕੇ ਪਰ ਅਗਰ ਜਨਰਲੀ ਕੋਈ ਗੈਪ ਨਹੀਂ ਹੈ ਸਟੱਡੀਜ਼ ਵਿੱਚ ਕੋਈ ਗੈਪ ਨਹੀਂ ਹੈ ਅਗਰ ਪੈਸੇ ਪੂਰੇ ਸ਼ੋਅ ਹੋ ਰਹੇ ਹੈ ਜਿਹੜੇ ਵਧੀਆ ਇੱਕ ਉਹਨਾਂ ਦੀ ਬੈਂਕ ਹਿਸਟਰੀ ਸ਼ੋਅ ਹੋ ਰਹੀ ਹੈ ਆਈਲੈਟਸ ਪੂਰਾ ਹੈ ਉਹਨਾਂ ਨੂੰ ਆਬਲੀਗੇਸ਼ਨ ਪ੍ਰੂਵ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੋਏਗੀ ਹੈਲੋ ਦੇਸ਼ਨਿਆ ਕਿੰਨੀ ਕੁ ਪੜ੍ਹਾਈ ਹੋਊਗੀ
ਨਹੀਂ ਦੇਖੋ ਇਸ ਤਰ੍ਹਾਂ ਮੈਂ ਤੁਹਾਡਾ ਸਵਾਲ ਮੇਰੇ ਖਿਆਲ ਅਗਰ ਜੇ ਸਮਝ ਪਾਇਆ ਤੇ ਅਗਰ ਤੁਸੀਂ ਕਿਹਾ ਕਿ ਬਾਰਵੀਂ ਉਹਨੇ ਕੀਤੀ ਹੈ ਜਦੋਂ ਅਗਰ ਅਗਰ ਉਹਨੇ ਬਾਰਵੀਂ ਬਿਲਕੁਲ ਵੀ ਤੁਸੀਂ ਤੁਸੀਂ ਨਹੀਂ ਮੇਰੇ ਖਿਆਲ ਰੇਡੀਓ ਤੇ ਸੁਣ ਰਿਹਾ ਤੁਸੀਂ ਮਾਨ ਸਾਹਿਬ ਰੇਡੀਓ ਤੇ ਨਾ ਸੁਣੋ ਤੁਹਾਨੂੰ ਉਧਰ ਰੇਡੀਓ ਦੀ ਆਵਾਜ਼ ਮੈਨੂੰ ਸੁਣ ਰਹੀ ਤੁਹਾਡੇ ਰੇਡੀਓ ਦੀ ਅੱਛਾ ਅੱਛਾ ਜਿਹੜੇ ਪੰਜਾਬ ਦੇਖੋ ਦੇਖੋ ਇੱਦਾਂ ਹੈ ਕਿ ਤੁਹਾਡਾ ਇਹ ਸਵਾਲ ਨਾ ਰਾਜਨੀਤਿਕ ਸਵਾਲ ਹੈ ਅਗਰ ਦੇਖੋ 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 ਇਸ ਤਰ੍ਹਾਂ ਹੈ ਕਿ ਵੀ ਇੱਥੇ ਕੈਨੇਡੀਅਨ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਹੈ ਕਿ ਕੌਣ ਸਟੂਡੈਂਟ ਆ ਰਿਹਾ ਨਹੀਂ ਆ ਰਿਹਾ ਜਦ ਅਗਰ ਕਿਸੇ ਕਾਲਜ ਨੇ ਐਡਮਿਸ਼ਨ ਦੇ ਤਾ ਸਟੂਡੈਂਟ ਨੂੰ ਬਸ ਉਨਾ ਹੀ ਕਾਫੀ ਹੈ ਵੀਜ਼ਾ ਅਫਸਰ ਲਈ ਵੀਜ਼ਾ ਡਿਸੀਜਨ ਕਰਨ ਲਈ ਉਹਨਾਂ ਨੂੰ ਅਗਰ ਕਾਲਜ ਕੋਈ ਐਕਸੈਪਟ ਕਰਦਾ ਹੈ ਭਾਵੇਂ ਤੁਹਾਡੇ ਕੋਲ ਮਾਰਕਸ ਬਹੁਤ ਹਾਈ ਹੈ ਨਹੀਂ ਉਹਨਾਂ ਨੂੰ ਇਹਨਾਂ ਇੱਥੇ ਕੋਈ ਫਰਕ ਨਹੀਂ ਹੈ ਕਿਸੇ ਨੂੰ ਤੁਸੀਂ ਗੱਲ ਹੋ ਰਹਾ ਜੀ ਹਾਂ ਦੱਸੋ ਵਕੀਲ ਇੱਕ ਵਕੀਲ ਆ ਵਕੀਲ ਨੇ 6 ਨੰਬਰ ਲੈ ਰਹੇ ਐਸੇ ਕਰਕੇ ਵਕੀਲ ਨੂੰ ਵੀਜ਼ਾ ਦਿੱਤਾ ਉਹ ਕਹਿੰਦਾ 7 ਨੰਬਰ ਲੈ ਮਿਹਰਬਾਨੀ ਮਾਨ ਸਾਹਿਬ ਕਰਦੇ ਗੱਲ ਇਹਨਾਂ ਦੇ ਨਾਲ ਥੈਂਕ ਯੂ ਥੈਂਕ ਯੂ ਦੇਖੋ ਉਹਦੇ ਵਿੱਚ ਕੁਲਮੀ ਜੀ ਗੱਲ ਤੇ ਸਾਫ਼ ਹੈ ਇਸ ਤਰ੍ਹਾਂ ਮਾਰਕਸ ਭਾਵੇਂ ਉਹਦੇ 30% ਬੋਨਸ ਕਰਕੇ ਵਧਾਏ ਹੋਏ ਹੈ ਜਾਂ ਆਲਰੇਡੀ ਉਹ ਸਪਲੀਮੈਂਟ ਲੈ ਕੇ ਪਾਸ ਹੋਇਆ ਡਸ ਨਾਟ ਮੈਟਰ ਜਿੰਨੀ ਦੇਰ ਉਹਨਾਂ ਨੂੰ ਕਿਸੇ ਕਾਲਜ ਨੇ ਐਡਮਿਸ਼ਨ ਦੇ ਦਿੱਤੀ ਬਸ ਕਿਸੇ ਕਾਲਜ ਨੇ ਜਿਹੜੇ ਐਕਸੈਪਟਡ DLI ਡੈਜ਼ਿਨੇਟਡ ਜਿਹੜਾ ਲਰਨਿੰਗ ਇੰਸਟੀਟਿਊਟ ਨੇ ਅਗਰ ਕੈਨੇਡਾ ਤੋਂ ਉਹਨਾਂ ਨੂੰ ਐਕਸੈਪਟੈਂਸ ਲੈਟਰ ਦੇ ਦਿੱਤਾ ਦੈਟ ਇਜ਼ ਇਨਫ ਉਹ ਕਾਲਜ ਦੀ ਸਿਰਦਰਦੀ ਹੈ ਉਹਨਾਂ ਨੂੰ ਕੀ ਪੜ੍ਹਾਉਣਾ ਨਹੀਂ ਪੜ੍ਹਾਉਣਾ ਕਿੱਦਾਂ ਜੱਜ ਕਰਨਾ ਕਿੱਦਾਂ ਉਹਨੂੰ ਗ੍ਰੇਡਿੰਗ ਕਰਨੀ ਅਸੈਸਮੈਂਟ ਕਰਨੀ ਉਹ ਕਾਲਜ ਦੀ ਹੈਡਿਕ ਹੈ ਵੀਜ਼ਾ ਅਫਸਰ ਨੇ ਤਾਂ ਦੇਖਣਾ ਕਿ ਤੁਹਾਡੇ ਕੋਲ ਸਟੂਡੈਂਟ ਐਕਸੈਪਟੈਂਸ ਲੈਟਰ ਹੈ ਦੈਟ ਇਜ਼ ਇਟ ਐਂਡ ਫਿਰ ਹੋਰ ਕ੍ਰਾਈਟੇਰੀਆ ਨਾਲ ਉਹ ਜੱਜ ਕਰੇਗਾ ਤੁਹਾਨੂੰ ਜਿਹੜੀਆਂ ਦੂਸਰੀਆਂ ਗੱਲਾਂ ਬਾਤਾਂ ਹੈਗੀਆਂ ਤੁਹਾਡੇ ਕੋਲ ਪੈਸੇ ਹੈਗੇ ਆ ਹਾਂਜੀ ਫੀਸ ਭਰਨ ਜੋਗੇ ਰਹਿਣ ਜੋਗੇ ਉਹ ਗੱਲਾਂ ਇਮੀਗ੍ਰੇਸ਼ਨ ਆਫਿਸ ਨੇ ਦੇਖਣੀਆਂ ਪਰ ਉਹ ਨੰਬਰਾਂ ਵਾਲੀ ਗੱਲ ਤੇ ਨੰਬਰਾਂ ਵਾਲੀ ਗੱਲ ਦੇਖਦੇ ਹਾਂ ਲੇਕਿਨ ਜਰੂਰ ਇਹ ਵੀ ਦੇ ਸਕ ਇਹ ਵੀ ਜ਼ਰੂਰ ਹੈ ਕਿ ਅਗਰ ਅਗਰ ਵੀਜ਼ਾ ਅਫਸਰ ਨੂੰ ਲੱਗੇ ਕਿ ਬਈ ਇਹਨੂੰ ਐਡਮਿਸ਼ਨ ਤੇ ਮਿਲਿਆ ਬਹੁਤ ਹਾਈ ਕੋਰਸ ਵਿੱਚ ਤੇ ਇਹ ਇਹ ਕਾਬਿਲ ਨਹੀਂ ਹੈ ਕਿ ਬਈ ਉਹ ਐਕਚੁਅਲੀ ਉਹ ਪੜ੍ਹ ਵੀ ਸਕਦਾ ਹੈ ਤਾਂ ਵੀ ਉਹ ਰਿਫਿਊਜ਼ ਕਰ ਸਕਦਾ ਹੈ ਆਪਣੇ ਡਿਸਕ੍ਰਿਪਸ਼ਨ ਨੂੰ ਲੈ ਕੇ ਬਿਲਕੁਲ ਪ੍ਰੋਬਲਮ ਆ ਸਕਦੀ ਬਿਲਕੁਲ ਮੈਨੂੰ ਇੱਕ ਐਗਜ਼ਾਮਪਲ ਮੈਂ ਦੇਖਿਆ ਪਿਛਲੇ ਹਫ਼ਤੇ ਹੀ ਕਿ ਹੈ ਤੇ ਉਹ ਸਟੂਡੈਂਟ ਵੀਜ਼ਾ ਨਹੀਂ ਪਰ ਪ੍ਰਿੰਸੀਪਲ ਫਿਰ ਵੀ ਉਹੀ ਇਸਤੇਮਾਲ ਹੋ ਰਿਹਾ ਕਿਸੇ ਨੂੰ ਇੱਕ ਜੋਬ ਮਿਲਿਆ ਵਰਕ ਪਰਮਿਟ ਆਫਰ ਕਰਕੇ ਨਾ ਇੱਕ ਸੈਸਕਚਵਾਨ ਵਿੱਚ ਐਜ਼ ਅ ਰੀਟੇਲ ਸੁਪਰਵਾਈਜ਼ਰ ਜਿਹੜੇ ਗੈਸ ਸਟੇਸ਼ਨ ਵਿੱਚ ਰੀਟੇਲ ਸੁਪਰਵਾਈਜ਼ਰ ਕਰਨ ਦੀ ਜੋਬ ਕਿਸਨੇ ਲੈ ਕੇ ਦਿੱਤੀ ਤੇ ਜਾ ਕੇ ਫਿਰ ਐਪਲੀਕੈਂਟ ਨੇ ਦਿੱਲੀ ਅਪਲਾਈ ਕੀਤਾ ਵਰਕ ਪਰਮਿਟ ਲਈ ਤੇ ਉਹਨਾਂ ਨੇ ਉਹ ਜਿਹੜਾ ਰੀਟੇਲ ਸੁਪਰਵਾਈਜ਼ਰ ਦਾ ਇੱਕ ਕ੍ਰਾਈਟੇਰੀਆ ਹੁੰਦਾ ਸੀ ਕਿ ਵੀ ਈਦਰ ਯੂ ਹੈਵ ਐਕਸਪੀਰੀਅੰਸ ਔਰ ਐਜੂਕੇਸ਼ਨ ਤੁਸੀਂ ਕਰੋਗੇ ਕਿਸ ਤਰ੍ਹਾਂ ਹਾਊ ਵਿਲ ਯੂ ਸੁਪਰਵਾਈਜ਼ ਹਾਊ ਵਿਲ ਯੂ ਗੋ ਟੂ ਕੈਨੇਡਾ ਸੁਪਰਵਾਈਜ਼ ਕਿੱਦਾਂ ਕਰੋਗੇ ਤੇ ਉਹ ਮਤਲਬ ਉਹ ਪ੍ਰੂਵ ਹੀ ਨਹੀਂ ਕਰ ਸਕੇ ਕਿ ਉਹਨਾਂ ਕੋਲ ਐਕਸਪੀਰੀਅੰਸ ਹੈ ਕਿਉਂਕਿ ਉਹਨਾਂ ਨੇ ਸ਼ੋਅ ਕੀਤਾ ਜੀ ਮੈਂ ਗੁਜਰਾਤ ਜੀ ਫਲਾਨਾ ਮੈਂ ਕਰ ਰਿਹਾ ਜੀ ਮੈਂ ਕਿਸੇ ਨੂੰ ਸੁਪਰਵਾਈਜ਼ ਕਰ ਰਿਹਾ ਜੀ ਮੇਰਾ ਗੋਦਾਮ ਹੈ ਜੋ ਵੀ ਜਿਸ ਤਰ੍ਹਾਂ ਇੰਡੀਆ ਦਾ ਸਿਸਟਮ ਹੈ ਨਾ ਉਹ ਮਤਲਬ ਉਹ ਰਿਟੇਲ ਸੁਪਰਵਿਜ਼ਨ ਦਾ ਐਕਸਪੀਰੀਅੰਸ ਸ਼ੋਅ ਨਹੀਂ ਕਰ ਸਕੇ ਵੀਜ਼ਾ ਆਫਿਸਰ ਨੇ 3 ਵਾਰ ਮਨਾ ਕਰਤਾ ਵਰਕ ਪਰਮਿਟ ਕਿ ਆਈ ਐਮ ਨੋਟ ਸੈਟਿਸਫਾਈਡ ਯੂ ਆਰ ਈਵਨ ਏਬਲ ਟੂ ਡੂ ਦਿਸ ਜੋਬ ਜਦਕਿ ਵਰਕ ਪਰਮਿਟ ਮਿਲਿਆ ਹੋਇਆ LMIU ਮਿਲਿਆ ਸਭ ਕੁਝ ਮਿਲਿਆ ਪਰ ਵੀਜ਼ਾ ਆਫਿਸਰ ਇਜ਼ ਨੋਟ ਸੈਟਿਸਫਾਈ ਕਿ ਵੀ ਤੁਹਾਨੂੰ ਇਹ ਜੋਬ ਮਿਲ ਤੇ ਗਿਆ ਜਿੱਦਾਂ ਵੀ ਮਿਲ ਗਿਆ ਲੇਕਿਨ ਮੈਂ ਨਹੀਂ ਸੈਟਿਸਫਾਈ ਕਿ ਤੁਸੀਂ ਜੋਬ ਕਰ ਵੀ ਸਕੋਗੇ ਸੋ ਇੱਕ ਆ ਵੀ ਡਿਸਕ੍ਰਿਪਸ਼ਨ ਹੈ ਸੋ ਇਹ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਠੀਕ ਦੂਸਰਾ ਜੀ ਮੈਂ ਇੱਕ ਹੋਰ ਉਹਨਾਂ ਦੀ ਗੱਲਬਾਤ ਦੇਖ ਰਿਹਾ ਸੀਗਾ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਨੇ ਉੱਥੇ ਜਦੋਂ ਤੁਸੀਂ ਹੁਣ ਦੱਸ ਰਹੇ ਹੋ ਵੀ ਉਹ ਮੋਸਟਲੀ ਤਾਂ ਇੰਟਰਵਿਊ ਕਰਦੇ ਹੀ ਨਹੀਂ
ਜਿਹੜੇ ਮਤਲਬ ਆਪਣੇ ਕੈਨੇਡੀਅਨ ਹੈ, ਜੇ ਤੁਹਾਡੇ ਕੋਲ ਲੈਟਰ ਆ, ਤੁਸੀਂ ਐਪਲੀਕੇਸ਼ਨ ਠੀਕ ਭਰੀ ਆ, ਤੇ ਉਹ ਇੰਟਰਵਿਊ ਲਈ ਨਹੀਂ ਕਰਦੇ ਜੀ? ਨਹੀਂ ਨਹੀਂ ਕਰਦੇ ਜੀ। ਸੋ ਉਹਨਾਂ ਲਈ ਜੋ ਤੁਸੀਂ ਅਗਰ ਜਿਹੜੀ ਕਾਗਜ਼ੀ ਕਾਰਵਾਈ ਆ, ਜੇ ਉਹ ਤੁਹਾਡੀ ਠੀਕ ਆ ਤੇ ਦੈਟਸ ਇਟ। ਬਿਲਕੁਲ ਬਿਲਕੁਲ, ਅਗਰ ਕਾਗਜ਼ੀ ਕਾਰਵਾਈ ਠੀਕ ਹੈ ਤੇ ਐਵਰੀਥਿੰਗ ਇਜ਼ ਗੁੱਡ। ਅੱਛਾ, ਜਿਹੜੀ ਕੋਈ ਮੈਡੀਕਲ ਇਨਐਡਮਿਸੀਬਿਲਟੀ ਵੀ ਹੋ ਸਕਦੀ ਹੈ? ਬਿਲਕੁਲ 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 ਹੋ ਸਕਦੀ ਜੀ। ਮੈਡੀਕਲ ਇਨਐਡਮਿਸੀਬਿਲਟੀ ਦਾ ਮਤਲਬ ਸਿਰ ਇੰਨਾ ਹੀ ਹੈ ਕਿ ਜਿਹੜੇ ਤਿੰਨ ਰਿਕੁਆਇਰਮੈਂਟ ਹੁੰਦੇ ਮੈਡੀਕਲ ਦੇ, ਇੱਕ ਤੇ ਹੈ ਕਿ ਵੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਬਿਮਾਰੀ ਤੇ ਨਹੀਂ ਕਿ ਦੈਟ ਵਿਲ ਬੀ ਡੇਂਜਰ ਟੂ ਦ ਕੈਨੇਡੀਅਨ ਸੋਸਾਇਟੀ, ਕੋਈ ਰਿਸਕ ਨਾ ਹੋ ਜਾਏ, ਕੋਈ ਇਸ ਤਰ੍ਹਾਂ ਨਾ ਹੋ ਜਾਏ, ਕੋਈ ਕੰਟੈਮੀਨੇਸ਼ਨ ਇਨਫੈਕਸ਼ਨ, ਕੋਈ ਲੰਬੀ ਕੋਈ ਜਿਵੇਂ ਟਿਊਬਰਕਲੋਸਿਸ ਹੈ, ਐਚਆਈਵੀ ਹੈ, ਇਸ ਤਰ੍ਹਾਂ ਦੀ ਹਰ ਇੱਕ ਦੀ ਮੈਡੀਕਲ ਦਾ ਉਹਨਾਂ ਨੇ ਬਣਾਇਆ ਹੋਇਆ ਕਿ ਵੀ ਅਗਰ ਜੇ ਕੁਝ ਇਸ ਤਰ੍ਹਾਂ ਦਾ ਹੈ ਤਾਂ ਫਿਰ ਕੀ ਕਰਨਾ। ਦੂਸਰਾ ਇੱਕ ਕ੍ਰਾਈਟੇਰੀਆ ਇਸ ਤਰ੍ਹਾਂ ਹੈ ਕਿ ਵੀ ਕੋਈ ਪਬਲਿਕ ਹੈਲਥ ਨੂੰ ਤੁਸੀਂ ਕੋਈ ਡਿਸਟਰੋਏ ਤਾਂ ਨਹੀਂ ਕਰ ਦੋਗੇ, ਕੋਈ ਪਬਲਿਕ ਹੈਲਥ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਡੇਂਜਰ ਆ ਸਕਦਾ, ਪਬਲਿਕ ਸੋਸਾਇਟੀ ਨੂੰ ਡੇਂਜਰ ਹੋ ਸਕਦਾ। ਤੀਸਰਾ ਹੈ ਕਿ ਵੀ ਐਕਸੈਸਿਵ ਡਿਮਾਂਡ ਔਨ ਦਾ ਪਬਲਿਕ ਸਿਸਟਮ, ਕਿ ਮਤਲਬ ਕਿ ਜਿਸ ਤਰ੍ਹਾਂ ਨੋਰਮਲੀ ਮਤਲਬ ਇਹ ਸਟੂਡੈਂਟ ਤੇ ਅਪਲਾਈ ਤਾਂ ਨਹੀਂ ਕਰਦੇ, ਲੇਕਿਨ ਜਿਸ ਤਰ੍ਹਾਂ ਵਰਕ ਪਰਮਿਟ ਵਾਲੇ ਹੈ, ਇੱਥੇ ਆ ਕੇ ਉਹਨਾਂ ਨੇ ਜਦੋਂ ਕੰਮ ਕਰਦੇ ਹੈ, ਸੋ ਦੇ ਆਰ ਆਟੋਮੈਟਿਕਲੀ ਐਲੀਜੀਬਲ ਫੋਰ ਐਲਬਰਟਾ ਹੈਲਥ ਕੇਅਰ। ਹੁਣ ਐਲਬਰਟਾ ਹੈਲਥ ਕੇਅਰ ਵਿੱਚ ਅਗਰ ਕਿਸੇ ਨੂੰ ਲੌਂਗ ਟਰਮ ਡਾਇਬਿਟੀਜ਼ ਹੈ, ਲੌਂਗ ਟਰਮ ਕੋਈ ਔਟਿਜ਼ਮ ਹੈ, ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ, ਜਿਹਨੂੰ ਮਤਲਬ ਲੈ ਕੇ ਅਲਬਰਟਾ ਸਰਕਾਰ ਤੇ ਬਹੁਤ ਵੱਡਾ ਭਾਰ ਪੈਂਦਾ ਹੈ, ਕਿਉਂਕਿ ਇਹਨਾਂ ਦੀ ਦਵਾਈ ਬਹੁਤ ਲੰਬੀ ਚੱਲਣੀ ਹੈ, ਦਵਾਈ ਦਾ ਖਰਚਾ ਔਨ ਐਵਰੇਜ ਜ਼ਿਆਦਾ ਚੱਲਣਾ ਹੈ, ਉਹਦਾ ਇੱਕ ਰੇਸ਼ੋ ਹੈ ਅਪਰੋਕਸੀਮੇਟਲੀ $6,000, ਜੇ ਅਗਰ $6,000 ਤੋਂ ਵੱਧ ਹੈ ਹਰ ਸਾਲ ਦਾ, ਦੈਨ ਯੂ ਆਰ ਕਾਲਡ ਮੈਡੀਕਲੀ ਇਨਐਡਮਿਸੀਬਲ। ਸੋ ਇਸ ਕਰਕੇ ਉਹ ਮੈਡੀਕਲ ਇਨਐਡਮਿਸੀਬਿਲਟੀ ਕਰਾਉਣਾ ਉਸ ਵਕਤ ਟੈਸਟ ਬਹੁਤ ਜ਼ਰੂਰੀ ਹੈ, ਸਟੂਡੈਂਟ ਦਾ ਵੀ ਕਰਦੇ ਹਾਂ, ਵਰਕ ਪਰਮਿਟ ਵਾਲੇ ਦਾ ਵੀ ਕਰਦੇ ਹਾਂ, ਤੇ ਐਨੀਬਡੀ ਹੂ ਇਜ਼ ਕਮਿੰਗ ਅੰਡਰ ਸਪੌਂਸਰਸ਼ਿਪ ਫੋਰ PR ਉਹ ਸਾਰੇ ਦਾ ਕਰਦੇ ਮੈਡੀਕਲ। ਸੋ ਮੈਡੀਕਲ ਇਜ਼ ਵਨ ਆਫ ਦਾ ਮੇਨ, ਮੈਡੀਕਲ ਤੋਂ ਇਲਾਵਾ ਇੱਕ ਤੁਸੀਂ ਮੇਰੇ ਖਿਆਲ ਉਹ ਵੀ ਸ਼ਾਇਦ ਤੁਹਾਡੇ ਜ਼ਿਹਨ 'ਚ ਆਇਆ ਹੋਣਾ, ਕ੍ਰਿਮੀਨਲ ਇਨਐਡਮਿਸੀਬਿਲਟੀ। ਅਗਰ ਕੋਈ ਬਹੁਤ ਵੱਡਾ ਕੋਈ ਕ੍ਰਾਈਮ ਹੈ ਤਾਂ ਵੀ ਉਹ ਫਿਰ ਵੀਜ਼ਾ ਰਿਫਿਊਜ਼ ਹੋ ਜਾਏਗਾ। ਅੱਛਾ, ਤੁਸੀਂ ਜੀ ਐਪਲੀਕੇਸ਼ਨ ਵੀ ਠੀਕ ਭਰ ਦਿੱਤੀ, ਆਪਣੇ ਪੈਸੇ ਵੀ ਸ਼ੋ ਕਰ ਦਿੱਤੇ ਵੀ ਤੁਹਾਡੇ ਕੋਲ ਹੈ, ਤੁਸੀਂ ਆਪਣੀ ਜਿਹੜੀ ਹੈ ਇੰਟੈਂਸ਼ਨ ਵੀ ਵਾਪਸ ਆਉਣ ਵਾਲੀ ਗੱਲ ਉਹ ਵੀ ਕਲੀਅਰ ਕਰ ਦਿੱਤੀ। ਜਿਹੜਾ ਹੁਣ ਇੱਕ ਗੱਲ ਹੁੰਦੀ ਹੈ ਜੀ ਵੀ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਹਦੀ, ਉਹਨੂੰ ਕਿਵੇਂ ਸੈਟਿਸਫਾਈ ਕਰੋਗੇ ਜਿਹੜੇ ਤੁਹਾਡੇ ਮਟੀਰੀਅਲ ਕੁਐਸਚਨ ਹੈਗੇ ਆ, ਜੇ ਉਹ ਸੋਚ ਲੈਂਦਾ ਵੀ ਭਾਈ ਇਹਨੇ ਜਵਾਬ ਜਿਹੜਾ ਠੀਕ ਨਹੀਂ ਦਿੱਤਾ, ਉਹਨਾਂ ਨੂੰ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਉਹਨਾਂ ਨੂੰ ਕਿਵੇਂ ਸੈਟਿਸਫਾਈ ਕਰੋਗੇ ਤੁਸੀਂ? ਜੇ ਉਹ ਕਹਿੰਦੇ ਸੀ ਵੀ ਇਹਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਆ ਉਹ ਸੱਚੋ ਸੱਚ ਨਹੀਂ ਦਿੱਤੇ, ਹੋ ਸਕਦਾ ਇਹਦੇ ਚ ਕੋਈ ਸੱਜੇ ਪੱਜੇ ਗੜਬੜ ਆ, ਉਹਦੀ ਇਮੀਗ੍ਰੇਸ਼ਨ ਆਫਿਸਰ ਦੀ ਆਪਣੀ ਥਿੰਕਿੰਗ ਆ, ਸੋ ਤੁਸੀਂ ਉਹਨੂੰ ਕਿਵੇਂ ਮਤਲਬ ਉਸ ਗੱਲ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ? ਦੇਖੋ ਇਸ ਤਰ੍ਹਾਂ ਹੈ ਕਿ ਅਗਰ ਅਗਰ ਇੰਟਰਵਿਊ ਹੋ ਰਿਹਾ, ਅਗਰ ਇੰਟਰਵਿਊ ਨਹੀਂ ਵੀ ਹੋਇਆ, ਕੋਈ ਵੀ ਤੁਸੀਂ ਬਿਆਨ ਦੇ ਚੁੱਕੇ ਹੋ, ਉਸ ਬਿਆਨ ਨੂੰ ਤੁਸੀਂ ਅਗਰ ਸਮਝਦੇ ਹੋ ਕਿ ਮੈਂ ਗਲਤ ਜਵਾਬ ਦੇ ਚੁੱਕਿਆ ਜਾਂ ਉਸ ਚੀਜ਼ ਨੂੰ ਕਰੈਕਟ ਕਰਨਾ ਹੈ, ਤੇ ਇਮੀਡੀਏਟਲੀ ਮਤਲਬ ਜਦ ਤੁਹਾਨੂੰ ਰਿਫਿਊਜ਼ਲ ਲੈਟਰ ਮਿਲਦਾ ਤੇ ਅਗਰ ਉਹਦੇ ਇਸ ਤਰ੍ਹਾਂ ਦਾ ਕੋਈ ਮੈਂਸ਼ਨ ਹੈ ਤੇ ਤੁਸੀਂ ਉਹਨੂੰ ਕਲੈਰੀਫਾਈ ਕਰਕੇ ਚਿੱਠੀ ਵਿੱਚ ਪਾ ਸਕਦੇ ਹੋ ਕਿ ਵੀ ਦਿਸ ਇਜ਼ ਵਾਟ ਇਜ਼ ਮਿਸਿੰਗ, ਜਾਂ ਦਿਸ ਇਹ ਮੇਰਾ ਮਤਲਬ ਨਹੀਂ ਸੀ, ਜਾਂ ਕੋਈ ਜਾਂ ਉਸ ਚੀਜ਼ ਕੋਈ ਮਿਸਿੰਗ ਹੋ ਗਿਆ, ਕਲੈਰੀਫਾਈ ਕਰਨ ਲਈ ਤੁਸੀਂ ਇਮੀਡੀਏਟਲੀ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਦੁਬਾਰਾ ਵੀ ਅਪਲਾਈ ਕਰ ਸਕਦੇ ਹੋ, ਦੁਬਾਰਾ ਅਪਲਾਈ ਕਰਕੇ ਉਹਦੇ ਪੈਸਾ ਦੁਬਾਰਾ ਲੱਗੇਗਾ। ਦੇਖੋ ਇਸ ਤਰ੍ਹਾਂ ਅਗਰ ਬਾਕੀ ਤੁਹਾਡੇ ਅੰਦਰ ਉਹ ਚੀਜ਼ ਹੈ ਕਿ ਬਈ ਜੋ ਬੇਸ ਉਹਨਾਂ ਨੇ ਸੋਚ ਕਰਕੇ ਮੈਨੂੰ ਰਿਫਿਊਜ਼ ਕੀਤਾ, ਉਸ ਚੀਜ਼ ਦੀ ਕੋਈ ਸੱਚਾਈ ਨਹੀਂ ਹੈ। ਫੋਰ ਐਗਜ਼ਾਮਪਲ, ਅਗਰ ਮੈਨੂੰ ਕੋਈ ਅਗਰ ਇਸ ਤਰ੍ਹਾਂ ਕਰਕੇ ਰਿਫਿਊਜ਼ ਕਰਦਾ ਹੈ ਕਿ ਵੀ ਮੇਰੀ ਇੰਗਲਿਸ਼ ਪ੍ਰੋਪਰ ਨਹੀਂ ਹੈ ਜਾਂ ਮੈਂ ਉਸ ਕਾਬਿਲ ਨਹੀਂ ਕਿ ਮੈਂ ਕੋਰਸ ਕਰ ਸਕਦਾ, ਤੇ ਮੈਨੂੰ ਉਹ ਪ੍ਰੂਵ ਕਰਨਾ ਚਾਹੀਦਾ ਕਿ ਮੇਰੀ ਇੰਗਲਿਸ਼ ਵੀ ਪ੍ਰੋਪਰ ਹੈ, ਮੇਰੇ ਜਿਹੜੇ ਪ੍ਰੀ ਰੈਕੁਇਸਿਟ ਹੈ ਉਹ ਵੀ ਪੂਰੇ ਹੋ ਰਹੇ ਹੈ, ਤੇ ਕਾਲਜ ਵਾਲੇ ਨੇ ਵੀ ਮੈਨੂੰ ਮਤਲਬ ਵਧੀਆ ਤਰੀਕੇ ਨਾਲ ਰੈਕਗਨਾਈਜ਼ ਕੀਤਾ, ਤੇ ਇੱਦਾਂ ਕਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਵੀ ਆਈ ਐਮ ਨਾਟ ਏਬਲ ਟੂ ਡੂ ਦਿਸ, ਤੇ ਉਹ ਤੁਸੀਂ ਆਪਣਾ ਕੋਈ ਪ੍ਰੋਫੈਸਰ ਤੋਂ ਕੋਈ ਚਿੱਠੀ ਲਿਖ ਲਓ ਜਾਂ ਲੈ ਲਓ ਜਾਂ ਕਿਸੇ ਹੋਰ ਤੋਂ ਫੈਕਲਟੀ ਲੈ ਲਓ, ਉਹ ਤੁਹਾਡੇ ਕੰਮ ਆ ਜਾਏ, ਮਤਲਬ ਤੁਸੀਂ ਉਸ ਚੀਜ਼ ਨੂੰ ਉਹ ਕਰ ਸਕਦੇ ਹੋ, ਕਾਲ ਮਤਲਬ ਲੈ ਕੇ ਤੁਸੀਂ ਉਹਨੂੰ ਪ੍ਰੂਵ ਕਰ ਸਕਦੇ ਹੋ। ਹੈਲੋ ਦੇਸ਼ ਨਾਮ, ਇੰਗਲੈਂਡ ਦੇ ਵਿੱਚ ਮੇਰਾ ਇਹੀ ਹਾਲ ਹੈ ਜੀ ਕਿ ਜਿਹੜੇ ਸਾਡੇ ਸਟੂਡੈਂਟ ਤੇ ਆ ਰਹੇ ਆ ਜੀ, ਜੇ ਉਹ ਮੈਜੋਰਿਟੀ ਕੱਲ ਨੂੰ ਡਰੋਪ ਆਊਟ
ਹੋ ਜਾਂਦੇ ਆ ਉਹ ਜਿਹੜੀ ਐਜੂਕੇਸ਼ਨ ਵਾਸਤੇ ਮਤਲਬ ਉਹ ਅਪਲਾਈ ਕਰਦੇ ਆ ਨਹੀਂ ਪੂਰੀ ਕਰਦੇ ਕੀ ਉਹਦਾ ਲੌਂਗ ਟਰਮ ਦੇ ਸਾਥੇ ਕੋਈ ਇੰਪੈਕਟ ਪੈ ਸਕਦਾ ਕਿ ਨਹੀਂ ਅੱਛਾ ਲਓ ਜੀ ਆਪਾਂ ਪੁੱਛਦੇ ਹਾਂ ਹਾਂਜੀ ਨਹੀਂ ਅਗਰ ਦੇਖੋ ਅਗਰ ਸਟੂਡੈਂਟ ਡ੍ਰੌਪ ਆਊਟ ਕਰਦੇ ਆ ਤੇ ਤੁਸੀਂ ਪੁੱਛਿਆ ਕਿ ਉਹਦਾ ਲੌਂਗ ਟਰਮ ਇਫੈਕਟ ਕੀ ਹੈ ਕੈਨੇਡੀਅਨ ਇਕਨੋਮੀ ਜਾਂ ਕੈਨੇਡੀਅਨ ਸਰਕਾਰ ਤੇ ਨਹੀਂ ਮਤਲਬ ਉਹ ਗਾਹ ਜਿਹੜੇ ਆਉਣ ਵਾਲੇ ਬੰਦਿਆਂ ਨੂੰ ਉੱਥੋਂ ਫਿਰ ਵੀਜ਼ਾ ਦੇਣਗੇ ਜੇ ਲੋਕ ਇੱਥੇ ਆ ਕੇ ਤਾਂ ਪੜ੍ਹਾਈ ਨਾ ਕਰਨ ਜੇ ਡ੍ਰੌਪ ਆਊਟ ਕਰੀ ਜਾਂਦੇ ਨਹੀਂ 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 ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀ ਚੀਜ਼ ਕੋਈ ਹੋਏਗੀ ਜਾਂ ਇੱਦਾਂ ਕੋਈ ਇਫੈਕਟ ਹੋਏਗਾ ਫਿਊਚਰ ਜਨਰੇਸ਼ਨ ਤੇ ਉਹਦੀ ਦੋ ਵਜ੍ਹਾ ਇਸ ਤਰ੍ਹਾਂ ਹੈ ਨੰਬਰ 1 ਕਿ ਅਗਰ ਕੋਈ ਸਟੂਡੈਂਟ ਡ੍ਰੌਪ ਆਊਟ ਕਰਦਾ ਹੈ ਉਹ ਆਪਣਾ ਇੰਡੀਵਿਜੁਅਲ ਇੱਕ ਪਰਸਨਲ ਇੱਕ ਡਿਸੀਜਨ ਹੈ ਤੇ ਅਗਰ ਉਹ ਪੂਰੀ ਨਹੀਂ ਕਰ ਸਕਦਾ ਵਟਐਵਰ ਜੋ ਵੀ ਵੀਜ਼ੇ ਕਰਕੇ ਹੁੰਦਾ ਅਗਰ ਕੋਈ ਅਗਰ ਕੋਈ ਫਰਾਡ ਵਗੈਰਾ ਫਰਾਡ ਕਰਕੇ ਅਗਰ ਕੋਈ ਗਲਤ ਸਟੂਡੈਂਟ ਆ ਗਿਆ ਉਹ ਵਾਕਈ ਨਹੀਂ ਕਰ ਸਕਿਆ ਤੇ ਦੈਨ ਇਟਸ ਡਿਫਰੈਂਟ ਮੈਟਰ ਉਹ ਆਪਣੇ ਸਟੂਡੈਂਟ ਜਿਹੜੇ ਕ੍ਰਾਈਟੇਰੀਆ ਨੇ ਸਟੂਡੈਂਟ ਨੂੰ ਸਟੂਡੈਂਟ ਵੀਜ਼ਾ ਜਿਹੜੇ ਕ੍ਰਾਈਟੇਰੀਆ ਜਿਹੜਾ ਇਸ਼ੂ ਕਰਦੇ ਆ ਉਹ ਆਪਣੇ ਆਪ ਨੂੰ ਉਹਨਾਂ ਨੇ ਸਟਰੋਂਗ ਕਰਨਾ ਬਾਕੀ ਸਟੂਡੈਂਟ ਦਾ ਜਿਹੜਾ ਇਨਫਲੋ ਹੈ ਕਦੀ ਖਤਮ ਨਹੀਂ ਹੋਣਾ ਇਸ ਕੰਟਰੀ ਵਿੱਚ ਮੈਂ ਦੇਖ ਰਿਹਾ ਕਿ ਅਗਲੇ ਐਟਲੀਸਟ 20-25 ਸਾਲ ਤੱਕ ਸਟੂਡੈਂਟ ਦਾ ਬੰਦ ਨਹੀਂ ਹੋਣਾ ਸਿਲਸਿਲਾ ਅੱਛਾ ਇਹ ਮਤਲਬ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਕਾਲਾ ਧੱਬਾ ਤਾਂ ਨਹੀਂ ਲੱਗਦਾ ਨਹੀਂ 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 ਇਸ ਤਰ੍ਹਾਂ ਨਹੀਂ ਮਤਲਬ ਇਹਨੇ ਜ਼ਿਆਦਾ ਨੰਬਰ ਵੀ ਨਹੀਂ ਹੋਣੇ ਨਹੀਂ ਨਹੀਂ ਜ਼ਿਆਦਾ ਨੰਬਰ ਨਹੀਂ ਹੋਣੇ ਦੇਖੋ ਇਸ ਤਰ੍ਹਾਂ ਮੈਂ ਆਂਕੜੇ ਦੀ ਗੱਲ ਕਰਾਂ ਜਿਸ ਤਰ੍ਹਾਂ ਇੰਡੀਆ ਤੋਂ ਅਪਰੋਕਸੀਮੇਟਲੀ ਹਰ ਇੱਕ ਸਾਲ 35,000 ਤੋਂ 40,000 ਸਟੂਡੈਂਟ ਆਉਂਦਾ ਇੱਥੇ ਅਗਰ ਆਊਟ ਆਫ 40,000 ਅਗਰ 100-200 ਵੀ ਡ੍ਰੌਪ ਆਊਟ ਕਰ ਗਏ ਫਿਰ ਵੀ ਇਟਸ ਨਾਥਿੰਗ ਕੋਈ ਬਹੁਤ ਵੱਡੀ ਬਿਗ ਡੀਲ ਨਹੀਂ ਨਾਰਾਜ਼ਗੀ ਬੜੀ ਛੇਤੀ ਕਰਦੇ ਸਾਡੇ ਜਿਹੜੇ ਕਾਲਰ ਨੇ ਨਾ ਨਹੀਂ ਮੇਰੇ ਕੋਲ ਰੇਡੀਓ ਤੇ ਸੁਣ ਰਹੇ ਹੋ ਨਾ ਆਪਣਾ ਉਸ ਤਰ੍ਹਾਂ ਫੋਨ ਰੱਖ ਕੇ ਨਾ ਉਧਰ ਸੁਣ ਰਹੇ ਹੋ ਨਾ ਸ਼ਾਇਦ ਨਹੀਂ ਉਹ ਤਾਂ ਤੁਸੀਂ ਟੈਲੀਫੋਨ ਕਰੇ ਡਾਇਲ ਕਰਕੇ ਨਾ ਦੂਜੇ ਨੰਬਰ ਤੇ ਇਸ ਨੰਬਰ ਤੇ ਨਹੀਂ ਉਹ ਹੋਰ ਨੰਬਰ ਆ ਉਹ ਕੰਟੀਨਿਊਸ ਸੁਣ ਲਈ ਹੈਗਾ ਜੇ ਕਿਸੇ ਨੇ ਸੁਣਨਾ ਤੇ ਉਹ ਮੈਂ ਨੰਬਰ ਫੇਰ ਦੱਸ ਦਿੰਦਾ 1-867-6-1488 ਨੰਬਰ ਆ ਉਹ ਡਾਇਲ ਕਰੋ ਤੇ ਉਹਦੇ ਤੁਹਾਨੂੰ ਪ੍ਰੋਗਰਾਮ ਸੁਣਨ ਨੂੰ ਮਿਲੇਗਾ ਜਿੰਨੇ ਮਰਜ਼ੀ ਲੋਕ ਉੱਥੇ ਡਾਇਲ ਕਰਕੇ ਸੁਣ ਸਕਦੇ ਜੀ ਡਜ਼ਨਟ ਮੈਟਰ ਸਟੂਡੈਂਟ ਦਾ ਸਿਲਸਿਲਾ ਇੱਥੇ ਇਸ ਕੰਟਰੀ 'ਚ ਚਲੀ ਜਾਣਾ ਜਿਹੜੇ ਆਸਟ੍ਰੇਲੀਆ ਦੀ ਗੱਲ ਨਾ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਮੈਂ ਉਸ ਖਬਰ ਨਾਲ ਮੈਂ ਜਾਣੂ ਮੈਂ ਪੜ੍ਹਿਆ ਸੀ ਉਸ ਖਬਰ ਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਪ੍ਰੋਬਲਮ ਇੱਦਾਂ ਹੈ ਕਿ ਵੀ ਜੋ ਉਹਨਾਂ ਕੋਲ ਕੁਆਲਿਟੀ ਸਟੂਡੈਂਟ ਪਹਿਲੀ ਗੱਲ ਨਹੀਂ ਆ ਰਹੇ ਇਸ ਵਕਤ ਅੱਛਾ ਦੂਸਰਾ ਉੱਥੇ ਇਮੀਗ੍ਰੇਸ਼ਨ ਦੀ ਵੀ ਮੇਰੇ ਖਿਆਲ ਇੰਨੀ ਜ਼ਿਆਦਾ ਆਈ ਐਮ ਨੋਟ ਸੋ ਸ਼ੋਰ ਕਿ ਮੈਂ ਨਿਊਜ਼ੀਲੈਂਡ ਬਾਰੇ ਕਹਿ ਸਕਦਾ ਕਿ ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਇੰਨੀ ਜ਼ਿਆਦਾ ਰੋਬਸਟ ਨਹੀਂ ਹੈ ਇੰਨਾ ਤਗੜਾ ਪਲਾਨ ਨਹੀਂ ਹੈ ਕਿ ਵੀ ਉਹਨਾਂ ਨੇ ਸਟੂਡੈਂਟ ਨੂੰ ਸਾਰੇ ਸਟੂਡੈਂਟ ਨੂੰ ਕਨਵਰਟ ਕਰਨਾ ਤੀਸਰੀ ਗੱਲ ਉੱਥੇ ਜੋਬਸ ਹੀ ਨਹੀਂ ਹੈ ਤੇ ਕਾਫੀ ਜਿਹੜੇ ਸਟੂਡੈਂਟਸ ਵਗੈਰਾ ਆਈ ਜਾ ਰਹੇ ਨੇ ਲੋਅ ਕੁਆਲਿਟੀ ਸਟੂਡੈਂਟ ਜਿਹੜੇ ਇੰਗਲਿਸ਼ ਪੜ੍ਹਨ ਵਾਲੇ ਆ ਛੋਟੇ ਮੋਟੇ ਜਿਹੜੇ ਕੁਕਿੰਗ ਕੋਰਸ ਕਰਨ ਵਾਲੇ ਉਹਨਾਂ ਲਈ ਇੰਨਾ ਜ਼ਿਆਦਾ ਇੱਕ ਥਾਂ ਹੀ ਨਹੀਂ ਹੈ ਕਿ ਵੀ ਉਹ ਆਪਣਾ ਜੋਬ ਵਾਲਾ ਲੈ ਕੇ ਉਹਨੇ ਸੈਟਲਮੈਂਟ ਕਰ ਸਕਦੇ ਆ ਇਸ ਕਰਕੇ ਉਹ ਸਿਸਟਮ ਉੱਥੇ ਕਾਮਯਾਬ ਨਹੀਂ ਹੈ ਦੇ ਵਾਂਟ ਪੀਪਲ ਕਿ ਵੀ ਆ ਕੇ ਪੜ੍ਹਾਈ ਕਰਕੇ ਜੋਬ ਕਰਕੇ ਪੈਸਾ ਸਪੈਂਡ ਕਰਕੇ ਤੁਸੀਂ ਜੀ ਆਪਣੇ ਕੰਟਰੀ ਜਾਓ ਕਿਉਂਕਿ ਸਾਡੇ ਕੋਲ ਇੰਨਾ ਜ਼ਿਆਦਾ ਗੁੰਜਾਇਸ਼ ਹੀ ਨਹੀਂ ਕਿ ਸਾਨੂੰ ਸਾਰਿਆਂ ਨੂੰ ਇਮੀਗ੍ਰੇਸ਼ਨ ਦੇ ਸਕੀਏ ਕਿਉਂਕਿ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਉੱਥੇ ਵੀ ਜੋਬ ਹੈ ਜੋਬ ਨਹੀਂ ਹੋਗੀ ਤਾਂ ਇਮੀਗ੍ਰੇਸ਼ਨ ਤੁਸੀਂ ਸਾਨੂੰ ਮਿਲ ਨਹੀਂ ਸਕਦੀ ਤੇ ਜੋਬ ਹੀ ਨਹੀਂ ਹੈ ਤਾਂ ਫਿਰ ਸਟੂਡੈਂਟ ਕੀ ਕਰੇਗਾ ਦੈਟ ਮੀਨਸ ਕਿ ਤੁਸੀਂ ਜਾਓ ਉੱਥੋਂ ਇਹ ਹੈ ਸਿਚੁਏਸ਼ਨ ਉੱਥੇ ਪਰ ਲੇਕਿਨ ਕੈਨੇਡਾ ਇਸ ਤਰ੍ਹਾਂ ਦਾ ਕੈਨੇਡਾ ਇੱਥੇ ਇਲਾਸਟ੍ਰੀਸੀ ਬਹੁਤ ਹੈ ਪਾਪੂਲੇਸ਼ਨ ਬਹੁਤ ਹੈ ਤੁਸੀਂ ਦੇਖ ਲਓ ਨਾ ਏਰੀਆ ਤੁਸੀਂ ਕੰਪੇਅਰ ਕਰ ਲਓ ਕੈਨੇਡਾ ਦਾ ਏਰੀਆ ਅਤੇ ਨਿਊਜ਼ੀਲੈਂਡ ਦਾ ਏਰੀਆ ਤੇ ਪਾਪੂਲੇਸ਼ਨ ਦਾ ਵੀ ਕੰਪੇਅਰ ਕਰ ਲਓ ਮਤਲਬ ਕਿ ਬਹੁਤ ਤੁਹਾਨੂੰ ਪਤਾ ਲੱਗਿਆ ਕਿ ਵੀ ਇੱਥੇ ਗੁੰਜਾਇਸ਼ ਬਹੁਤ ਹੈ ਬਹੁਤ ਅਸੀਂ ਅਕੋਮੋਡੇਟ ਕਰ ਸਕਦੇ ਦੂਸਰਾ ਮੈਨੂੰ ਇਹ ਵੀ ਲੱਗਦਾ ਜੀ ਵੀ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਸਟੂਡੈਂਟ ਬੱਚੇ ਆਉਂਦੇ ਆ ਉਹਨਾਂ ਦੇ ਕੋਈ ਨਾ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਇੱਥੇ ਲਿੰਕ ਜਿਹੜੇ ਆ ਉਹ ਹੋ ਸਕਦਾ ਜ਼ਿਆਦਾ ਹੋਣ ਰਾਦਰ ਦੈਨ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਵਿੱਚ ਨਹੀਂ ਹੈ ਤੇ ਚਾਰੋਂ ਪਾਸੇ ਦੇਖੋ ਪੰਜਾਬੀਆਂ ਦੇ ਤੇ ਮੇਰੇ ਖਿਆਲ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਅਮੈਰੀਕਾ ਕੋਈ ਹੈ ਮੁਲਕ ਜਿੱਥੇ ਕਨੈਕਸ਼ਨ ਨਹੀਂ ਹੈ ਕਨੈਕਸ਼ਨ ਤਾਂ ਆ ਹੀ ਜਾ ਰਿਹਾ ਲੇਕਿਨ ਇੱਕ ਇੱਕ ਕਲਚਰਲ ਇੱਕ ਸਟੀਰੀਓਟਾਈਪ ਹੈ ਜਾਂ ਤੁਸੀਂ ਕੁਛ ਪੰਜਾਬੀ ਪੋਪੂਲੇਸ਼ਨ ਭਾਵੇਂ ਉਹ ਜਰਮਨੀ ਬੈਠੀ ਹੈ ਭਾਵੇਂ ਉਹ ਸਵਿਟਜ਼ਰਲੈਂਡ ਬੈਠੀ ਹੈ ਇਟਲੀ ਬੈਠੀ ਮਨ ਉਹਨਾਂ ਨੂੰ ਲੱਗਦਾ ਕਿ ਜਾਣਾ ਕੈਨੇਡਾ ਹੀ ਹੈ ਕੈਨੇਡਾ ਆ ਕੇ ਉਹਨਾਂ ਨੂੰ ਸਕੂਨ ਮਿਲਦਾ ਕਿ ਹਾਂ ਵੀ ਹੁਣ ਆਪਣੀ ਥਾਂ ਪਹੁੰਚ ਰਹੇ ਹਾਂ ਮਲਟੀਪਲ ਵੀਜ਼ਾ ਕਿੱਦਾਂ ਮਤਲਬ ਮੈਂ ਗੱਲ ਨਹੀਂ ਸਮਝਿਆ ਮਲਟੀਪਲ ਮਲਟੀਪਲ ਵੀਜ਼ਾ ਹੁੰਦਾ 25-26
ਸਾਲ ਬੱਚੇ ਦੀ ਏਜ ਆ। ਹਾਂ ਅੱਛਾ ਜੀ। ਇੱਕ ਬੱਚਾ ਨਾਲ ਫੈਮਿਲੀ ਆ, ਬੋਲੇ ਮਲਟੀਪਲ ਵੀਜ਼ ਬੰਦਾ ਆ। ਨਹੀਂ ਆ ਸਕਦਾ ਮਲਟੀਪਲ ਵੀਜ਼ਾ, ਕੋਈ ਏਡੀ ਵੱਡੀ ਕੋਈ ਉਹ ਕੋਈ 올림픽 ਮੈਡਲ ਨਹੀਂ ਹੈ ਕਿ ਜੇ ਮਿਲ ਨਹੀਂ ਸਕਦਾ 올림픽 ਉਹਦੇ ਚ ਕੋਈ ਕੋਈ ਹੈ ਨਹੀਂ ਦੂਜਾ ਆਪਣਾ ਕੋਈ ਵੀਜ਼ਾ ਦੇ ਜਿਹੜਾ ਕਿਸ ਕਿਸ ਬੇਸ ਤੇ ਮਿਲ ਸਕਦਾ। ਦੇਖੋ ਜਿਹੜਾ ਦੇਖੋ ਇਸ ਤਰ੍ਹਾਂ ਹੈ ਜਿਹੜਾ ਪਹਿਲੇ ਤਾਂ ਮੈਨੂੰ ਇਹ ਦੱਸੋ ਜੀ ਮਲਟੀਪਲ ਵੀਜ਼ਾ ਕੀ ਨਹੀਂ ਨਹੀਂ ਮਲਟੀਪਲ ਨਹੀਂ ਨਹੀਂ ਮੈਂ ਦੱਸ ਰਿਹਾ ਦੱਸ ਦੇਖੋ ਕੋਈ ਵੀ ਵੀਜ਼ਾ ਹੈ ਨਾ ਜਿਹੜੇ ਟੈਂਪਰੇਰੀ ਵੀਜ਼ਾ ਨੇ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਐਂਡ ਬਿਜ਼ਨਸ ਜਿਹੜਾ ਵਿਜ਼ਟਰ ਵੀਜ਼ਾ ਜਿਹੜਾ V1 ਵੀਜ਼ਾ ਉਸ ਪਹਿਲਾਂ ਹੁੰਦਾ ਸੀ ਕਿ ਬਈ ਇੱਕ ਸਿੰਗਲ ਐਂਟਰੀ ਵੀ ਵੀਜ਼ਾ ਆਪਸ਼ਨ ਹੁੰਦਾ ਸੀ ਕਿ ਮਲਟੀਪਲ ਡੈਟ ਵੀ ਇੱਕ ਵਾਰ ਵੀਜ਼ਾ ਕਰਕੇ ਤੁਸੀਂ ਮੁੜਾਓ ਤੇ ਦੂਸਰਾ ਹੁੰਦਾ ਕਿ ਬਈ ਤੁਸੀਂ ਉਸ ਵੀਜ਼ਾ ਨੂੰ ਬਾਰ ਬਾਰ ਵਰਕ ਮਲਟੀਪਲ ਐਂਡ ਬਾਰ ਤੁਸੀਂ ਨੂੰ ਵਰਤ ਸਕਦੇ ਹੋ। ਅੱਛਾ ਉਹਨੂੰ ਕਹਿੰਦੇ ਮਲਟੀਪਲ ਵੀਜ਼ਾ। ਅੱਜ ਕੱਲ ਐਕਚੁਅਲੀ ਨਹੀਂ ਮਲਟੀ ਵੀਜ਼ਾ ਨਹੀਂ ਮਤਲਬ ਜੋ ਜੋ ਕਾਲਰ ਸਾਹਿਬ ਕਹਿ ਰਹੇ ਮੈਂ ਉਹ ਤੋਂ ਮਤਲਬ ਇਹ ਹੀ ਹੈ ਜੀ ਮਲਟੀਪਲ ਐਂਟਰੀ ਵੀਜ਼ਾ ਅਗਲੇ ਸਾਲ ਫਿਰ ਆ ਜਾਓ ਇੱਦਾਂ ਤੁਸੀਂ ਦਸ ਸਾਲ ਵਿੱਚ ਜਿੰਨੀ ਵਾਰ ਤੁਸੀਂ ਕਰਨਾ ਕਰ ਸਕਦੇ ਹੋ। ਇਹ ਹੈ ਮਲਟੀਪਲ ਦਾ ਕੰਮ। ਤੁਹਾਡਾ ਸਵਾਲ ਹੈ ਕਿ ਉਹਨਾਂ ਨੂੰ ਵੀਜ਼ਾ ਕਿੱਦਾਂ ਮਿਲ ਗਿਆ ਕਿ ਕਿਉਂ ਮਿਲ ਗਿਆ ਇਸ ਤਰ੍ਹਾਂ? ਦੇਖੋ ਇਹਦੇ ਬਾਰੇ ਤਾਂ ਵੀਜ਼ਾ ਅਫਸਰ ਹੀ ਕਹਿ ਸਕਦਾ ਕਿ ਕਿਉਂ ਮਿਲਿਆ, ਲੇਕਿਨ ਅਗਰ ਵੀਜ਼ਾ ਅਫਸਰ ਸੈਟਿਸਫਾਈਡ ਹੈ ਇਹਦੇ ਕ੍ਰੈਡੈਂਸ਼ੀਅਲਸ ਠੀਕ ਹੈ, ਬਾਕੀ ਨੌਕਰੀ ਠੀਕ ਹੈ, ਇਹਦੀ ਟਾਈਸ ਠੀਕ ਹੈ, ਬਾਕੀ ਕੋਈ ਪ੍ਰੋਬਲਮ ਨਹੀਂ ਹੈ, ਝੂਠ ਨਹੀਂ ਬੋਲਿਆ, ਫੰਡ ਹੈ ਸਾਰਾ, ਤੇ ਵੀਜ਼ਾ ਦੇਣ ਚ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਦੇਖੋ ਬਸ ਆਈ ਤੇ ਗੱਲਾਂ ਹੁੰਦੀ ਹੈ ਕਿ ਅਗਰ ਜਿਹੜੀ ਸਰਕਾਰਾਂ ਨੂੰ ਜਦ ਪਤਾ ਲੱਗਦਾ ਨਾ ਕਿ ਵੀ ਇੱਦਾਂ ਤਾਂ ਹੀ ਉਹ ਫਿਰ ਉਹ ਕੱਸ ਦਿੰਦੇ ਕੰਮ ਕਰਦੇ ਆ। ਉਹ ਫਿਰ ਮੈਂ ਤਾਂ ਤਾਂ ਹੀ ਕਹਿੰਦਾ ਮੈਨੂੰ ਮਿਲਿਆ ਮੈਂ ਕਹਿੰਦਾ ਮੈਂ ਪੁੱਛਿਆ ਮੈਂ ਕਿਹਾ ਤੂੰ ਕਿਸ ਤਰ੍ਹਾਂ ਆਇਆ, ਮੈਂ ਆਪਣੇ ਆਪ ਹੀ ਰੱਖ ਰਹੀ ਦੇਖਿਆ। ਵਾਹਿਗੁਰੂ 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 ਵਾਹਿਗੁਰੂ। ਦੇਖੋ ਦੇਖੋ ਗੱਲ ਤੇ ਇੱਦਾਂ ਹੈ ਕਿ ਬਈ ਉਹ ਫਿਰ ਮੈਨੂੰ ਕਈ ਵਾਰ ਲੋਕੀ ਪੁੱਛਦੇ ਆ ਕਿ ਬਈ ਜਿਹੜੇ ਸੱਚੇ ਲੋਕ ਹਨ ਉਹਨਾਂ ਨੂੰ ਵੀਜ਼ਾ ਮਿਲਦਾ ਨਹੀਂ ਹੈ, ਜਿਹੜੇ ਝੂਠ ਮਕਾਰੀ ਕਰਦੇ ਆ ਉਹਨਾਂ ਨੂੰ ਵੀਜ਼ਾ ਛੱਡ ਮਿਲ ਜਾਂਦਾ। ਇਹਦੇ 20 ਲੱਖ ਹੀ ਦਿੱਤਾ ਬਈ। ਦੇਖੋ ਬਸ ਆਈ ਤੇ ਚੀਜ਼ ਹੈ, ਸਾਰਾ ਜਿਹੜਾ ਰਿਕਾਰਡ ਆਪਣੇ ਕੰਟਰੀ ਦਾ ਵਿਗੜਦਾ ਤੁਰੇ ਜਾ ਆਪਣੇ ਦੇਖੋ ਗੱਲ ਦੇਖੋ ਗੱਲ ਇੱਦਾਂ ਹੈ। ਦੇਖੋ ਮੈਂ ਕਲੀਅਰ ਕਰਦੇ ਆ, ਆਈ ਜਿਹੜੀ ਗੱਲਾਂ ਹੈ ਨਾ ਇਹ ਲੁਕੀ ਨਹੀਂ ਰਹਿੰਦੀ, ਮਤਲਬ ਇਹ ਬਾਹਰ ਲੋਕਾਂ ਨੂੰ, ਸਰਕਾਰ ਨੂੰ, ਜਨਤਾ ਨੂੰ, ਸੋਸਾਇਟੀ ਨੂੰ ਤੇ ਵੀਜ਼ਾ ਅਫਸਰ ਨੂੰ ਹੌਲੀ ਹੌਲੀ ਉਹਨਾਂ ਦੇ ਕੰਨਾਂ ਚ ਪਹੁੰਚ ਜਾਂਦੀ ਖ਼ਬਰ ਕਿ ਇੱਦਾਂ ਹੋ ਰਿਹਾ। ਮੈਨੂੰ ਨੀ ਦੇਖੋ ਦੇਖੋ ਮੈਂ ਇਹਦੇ ਬਾਰੇ ਹੁਣ ਆਪਾਂ ਰੇਡੀਓ ਤੇ ਗੱਲ ਕਰ ਰਹੇ, ਮੈਂ ਇਸ ਟੋਪਿਕ ਨੂੰ ਕਿਸੇ ਦੂਸਰੇ ਡਾਇਰੈਕਸ਼ਨ ਤੇ ਮੁੜਨਾ ਨੀ ਚਾਹੁੰਦਾ ਕਿ ਬਈ ਕਿੱਦਾਂ ਮਿਲਿਆ ਨਹੀਂ ਹੈ, ਪਰ ਮੈਂ ਸਿਰਫ ਇਹ ਕਹਿ ਰਿਹਾ ਕਿ ਅਗਰ ਕੋਈ ਗਲਤ ਕੰਮ ਹੋ ਰਿਹਾ ਕਿਸੇ ਕਿਤੇ ਵੀ ਥਾਂ ਗਲਤ ਕੰਮ ਹੋ ਰਿਹਾ ਉਹ ਹੌਲੀ ਹੌਲੀ ਸਿਸਟਮ ਨੂੰ ਟਾਈਟ ਕਰਦਾ ਤੇ ਫਿਊਚਰ ਦੇ ਅੱਛਾ ਇੱਕ ਹੋਰ ਚੀਜ਼ ਹੈ ਕਿ ਦੂਸਰੇ ਜਿਹੜੇ ਹੁਣ ਆਉਣ ਵਾਲੇ ਟਾਈਮ ਵਿੱਚ ਜਿਹੜੇ ਸਾਡੇ ਕੰਟਰੀ ਤੋਂ, ਸਾਡੇ ਕੌਮ ਤੋਂ, ਸਾਡੇ ਏਰੀਆ ਤੋਂ ਜਿਹੜੇ ਅਪਲਾਈ ਕਰਦੇ ਆ ਉਹਨਾਂ ਲਈ ਮੁਸ਼ਕਿਲਾਂ ਖੜੀ ਕਰਦੇ। ਬਸ ਇੰਨਾ ਕਈ ਵਾਰੀ ਇਹ ਇਕੱਲੇ ਆਪਣੇ ਦੇਸ਼ ਵਾਲੇ ਨੇ ਜੀ, ਹੋਰ ਲੋਕਾਂ ਲਈ ਵੀ ਜਦੋਂ ਕਾਨੂੰਨ ਬਣਦਾ ਤਾਂ ਫਿਰ ਸਾਰਿਆਂ ਲਈ ਆ, ਬਿਲਕੁਲ ਤੇ ਉਹ ਇੱਕੋ ਜਿਹਾ ਟ੍ਰੀਟ ਕਰਦੇ ਫਿਰ ਹਰੇਕ ਨੂੰ, ਚੰਡੀਗੜ੍ਹ ਕੌਂਸਲੇਟ ਤੋਂ ਜੋ ਕੁਛ ਹੋ ਰਿਹਾ ਨਹੀਂ ਹੋ ਰਿਹਾ ਜਿੱਦਾਂ ਵੀ ਵੀਜ਼ਾ ਇਸ਼ੂ ਹੋ ਰਿਹਾ ਅਪਰੂਵ ਡਿਸਅਪਰੂਵ ਜੋ ਵੀ ਕੁਛ ਹੋ ਰਿਹਾ, ਸਭ ਤੋਂ ਜ਼ਿਆਦਾ ਪਰ ਕੈਪੀਟਾ ਜਿਹੜੇ ਸਭ ਤੋਂ ਜ਼ਿਆਦਾ ਮੈਕਸੀਮਮ ਕੰਪਲੇਂਟਸ ਉਸੇ ਰੀਜਨ ਤੋਂ ਆਉਂਦੀ ਹੈ, ਇੰਨੀ ਬੈਂਗਲੌਰ ਨਹੀਂ ਹੈ, ਨਿਊ ਦਿੱਲੀ ਨਹੀਂ ਹੈ, ਕੁਛ ਨਾ ਕੋਈ ਗੱਲਬਾਤ ਕੁਛ ਨਾ ਕੁਛ ਹੋ ਰਿਹਾ ਹੋਣਾ ਜਿੱਥੇ ਵੀ ਤੁਹਾਨੂੰ ਮਨ ਲੱਗਦਾ ਕਿ ਲੋਕਾਂ ਨੂੰ ਕੁਛ ਹੈ ਕੁਛ ਹੇਰ ਫੇਰ ਹੈ ਤਾਂ ਹੀ ਲੋਕ ਫਿਰ ਗੱਲ ਕਰਦੇ ਆ। ਸੋ ਬਾਕੀ ਕੁਲਵੀ ਜੀ ਅੰਤ ਵਿੱਚ ਨਾ ਗੱਲ ਇੱਦਾਂ ਆਉਂਦੀ ਕਿ ਦਾਣਾ ਪਾਣੀ ਹੈ ਕਿ ਨਹੀਂ ਹੈ, ਤੁਸੀਂ ਕੋਈ ਕੋਈ ਕਿੱਦਾਂ ਆਇਆ ਕੋਈ ਕਿੱਦਾਂ ਆਇਆ ਕਿ ਦਾਣਾ ਪਾਣੀ ਲੈ ਕੇ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਬੜਾ ਹੀ ਡਿਟੇਲ ਦੇ ਵਿੱਚ ਵੀ ਸਟੂਡੈਂਟਾਂ ਬਾਰੇ ਜਿਹੜੀ ਗੱਲਬਾਤ ਕੀਤੀ ਆ, ਮੈਨੂੰ ਪਤਾ ਬਹੁਤ ਸਾਰੇ ਲੋਕ ਆਉਣਾ ਵੀ ਚਾਹੁੰਦੇ ਨੇ ਜਿਹਨਾਂ ਦੇ ਬੱਚੇ, ਦੇਖੋ ਇਹ ਨਹੀਂ ਵੀ ਉੱਥੇ ਬੱਚੇ ਹੁਸ਼ਿਆਰ ਨਹੀਂ ਹੈ, ਬਹੁਤ ਬੱਚੇ ਹੁਸ਼ਿਆਰ ਵੀ ਹੈਗੇ ਨੇ, ਇਸ ਤਰ੍ਹਾਂ ਕਈਆਂ ਤਾਂ ਮੈਨੂੰ ਪਤਾ ਵੀ ਉੱਥੇ ਵੀ ਉਹ ਵਧੀਆ ਪੈਸਾ ਕਮਾ ਰਹੇ ਨੇ,
ਦੇਸ਼ ਦੇ ਵਿੱਚ ਬੈਠੇ ਹੋਏ ਵੀ ਜਿਨ੍ਹਾਂ ਨੇ ਮਤਲਬ ਵਧੀਆ ਪੜ੍ਹਾਈ ਲਿਖਾਈ ਕੀਤੀ ਆ, ਵਧੀਆ ਕੰਮ ਮਿਲ ਗਏ ਨੇ, ਔਰ ਕਈ ਲੋਕ ਜਿਹੜੇ ਉੱਥੇ ਬੈਠੇ ਬਾਹਰਲਿਆਂ ਦੇਸ਼ਾਂ ਦੀਆਂ ਕਈ ਕੰਪਨੀਆਂ ਜਿਨ੍ਹਾਂ ਦੇ ਨਾਲ ਕੰਮ ਕਰ ਰਹੇ ਨੇ। ਪਰ ਗੱਲ ਤਾਂ ਇਹ ਹੈ ਨਾ ਜੀ, ਜੇ ਕੰਮ ਕਰਨਾ ਆਉਂਦਾ ਹੋਵੇ ਪੜ੍ਹਾਈ ਲਿਖਾਈ ਕਰਕੇ, ਹੁਣ ਜਿਹੜੀ ਆਊਟਸੋਰਸਿੰਗ ਵਾਲੀ ਗੱਲ ਆ, ਅੱਜ ਕੱਲ੍ਹ ਹਿੰਦੁਸਤਾਨ ਚ ਬਹੁਤ ਸਾਰਾ ਕੰਮ ਆਊਟਸੋਰਸ ਹੋ ਰਿਹਾ। ਬਿਲਕੁਲ ਬਿਲਕੁਲ ਕੁੱਲੂ ਜੀ, ਮੈਂ ਤਾਂ ਸਿਰਫ ਇੱਕੋ ਗੱਲ ਕਹਿਣੀ ਹੈ ਇਸ ਟੌਪਿਕ ਤੇ, ਇਸ ਕਾਮਨ ਨੂੰ ਕਰਕੇ ਆਪਾਂ ਟੌਪਿਕ ਨੂੰ ਮੰਜ਼ੂਰ ਕਰਦੇ ਹਾਂ ਅੱਜ, ਕਿ ਸਟੂਡੈਂਟ ਜਿਹੜਾ ਹੈ ਨਾ, ਜਿਹੜਾ ਸਹੀ ਮਾਨੇ ਵਿੱਚ ਸਟੂਡੈਂਟ ਹੈ, ਜਿਹੜਾ ਵਾਕਈ ਜਿਹਨੂੰ ਕਹਿੰਦੇ ਆਪਾਂ ਮਿਧਾਵੀ ਸਟੂਡੈਂਟ ਹੈ, ਮੈਰੀਟੋਰੀਅਸ ਸਟੂਡੈਂਟ ਹੈ, ਉਹਨੂੰ ਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ। ਜਿਹੜਾ ਸਟੂਡੈਂਟ ਜਿਹੜੇ ਅਵਲ ਦਰਜੇ ਤੋਂ ਪਾਸ ਹੋ ਕੇ ਕੋਈ ਡਾਕਟਰ ਬਣ ਰਿਹਾ, ਕੋਈ IIT MBBS CPMT ਜਾਂ IAS ਫਲਾਨਾ ਇੰਜੀਨੀਅਰਿੰਗ ਸਰਵਿਸ, ਜੋ ਵੀ ਕੋਈ ਉਹਨਾਂ ਦੇ ਹੈ ਆਊਟਲੈਟ ਅੱਜ ਕੱਲ੍ਹ, ਉੱਥੇ ਮਤਲਬ ਕੋਈ ਯੂਨੀਵਰਸਿਟੀ ਦੀ ਘਾਟ ਹੈ? ਕੋਈ ਜਿਹੜੇ ਵਧੀਆ ਇੰਸਟੀਚਿਊਟ ਹੈ IIT, ਕੋਈ ਮਤਲਬ IIT ਦੇ ਵਿੱਚ ਐਡਮਿਸ਼ਨ ਹੈ ਨਾ, ਕੋਈ ਮਤਲਬ ਕੋਈ, ਮੈਂ ਤਾਂ ਸੋਚ ਹੀ ਨਹੀਂ ਸਕਦਾ ਕਿ ਵੀ ਕਿਸੇ ਦਾ IIT ਦੇ ਵਿੱਚ ਇੰਨਾ ਦਰਜੇ ਤੇ ਐਡਮਿਸ਼ਨ ਹੋ ਰਿਹਾ ਹੈ, ਤੇ ਉਹ ਸੋਚੇ ਨਹੀਂ ਜੀ ਮੈਂ IIT ਨਹੀਂ ਕਰਨਾ ਜੀ, ਮੈਂ ਤੇ ਕੈਨੇਡਾ ਚੱਲਿਆ, ਉੱਥੇ ਜੀ ਹਸਪਿਟੈਲਿਟੀ ਮੈਨੇਜਮੈਂਟ ਕਰਨ। ਮੈਂ ਤੇ ਇੱਦਾਂ ਦੇਖਦਾ ਕਿ ਵੀ 90% ਸਟੂਡੈਂਟ ਜਿਹੜਾ ਕੈਨੇਡਾ ਆ ਰਿਹਾ, ਉਹ ਵਾਕਈ ਸਟੂਡੈਂਟ ਹੈ ਹੀ ਨਹੀਂ, ਸਹੀ ਮਾਨੇ ਵਿੱਚ ਸਟੂਡੈਂਟ ਨਹੀਂ ਹੈ। ਉਹਨਾਂ ਦਾ ਨਿਸ਼ਾਨਾ ਹੈ PR ਲੈਣਾ। PR ਲਈ ਆਪਾਂ ਸਟੱਡੀ ਕਰ ਲਾਂਗੇ, ਕੁਛ ਨਾ ਕੁਛ ਕਰ ਲਾਂਗੇ, ਪਰ ਸਹੀ ਨਿਸ਼ਾਨਾ ਹੈ PR ਲੈਣਾ। ਉਹਦੇ ਲਈ ਕੁਛ ਨਾ ਕੁਛ ਜੋ ਪੜ੍ਹਾਈ ਕਰਨੀ ਹੈ, ਪੜ੍ਹਾਈ ਤੇ ਕੁਛ ਨਾ ਕੁਛ ਕਰਨੀ ਹੈ, ਪੜ੍ਹਾਈ ਕਰਕੇ ਆਪਣਾ PR ਲੈ ਕੇ ਆਪਣਾ ਪਾਸੇ ਹੋ, ਇਹ ਹੈ ਸਹੀ ਤਰੀਕਾ। ਬਾਕੀ ਹੋ ਸਕਦਾ ਕਿ ਮੇਰੇ ਵਿਚਾਰ ਨਾਲ ਤੁਸੀਂ ਸਹਿਮਤ ਨਾ ਹੋ ਜਾਂ ਦੁਨੀਆ ਸਹਿਮਤ ਨਾ ਹੋ, ਪਰ ਮੈਂ ਤਾਂ ਜਿਹੜੇ ਆਂਕੜੇ ਦੇਖ ਕੇ ਦੱਸ ਰਿਹਾ ਕਿ ਵੀ ਇਹ ਰਿਐਲਿਟੀ ਹੈ। ਜਿਹੜਾ ਵਾਕਈ ਬਹੁਤ ਤਗੜਾ ਜਿਹੜਾ ਸਕਾਲਰ ਹੈ, ਜਿਹੜਾ ਸਾਇੰਟਿਸਟ ਸਕਾਲਰ, ਸਾਇੰਟਿਸਟ ਮਟੀਰੀਅਲ ਸਕਾਲਰ ਹੈ ਜਾਂ ਇੰਜੀਨੀਅਰਿੰਗ ਟੈਲੈਂਟ ਹੈ ਬਹੁਤ ਵੱਡਾ, ਉਹ ਇੱਥੇ ਆ ਵੀ ਕਰੇਗਾ ਕੀ? ਨਹੀਂ, ਕਈ ਦੇਖੋ ਕਈ ਬੱਚੇ ਆਏ ਆ ਇੱਥੇ, ਉਹਨਾਂ ਨੇ ਵਧੀਆ ਪੜ੍ਹਾਈ ਕੀਤੀ, ਉਹ ਆਏਗਾ, ਉਹਨਾਂ ਨੂੰ ਨੌਕਰੀ ਵੀ ਵਧੀਆ ਮਿਲ ਗਈ ਹੈ, ਉਹ ਆਏਗਾ ਸਕਾਲਰਸ਼ਿਪ ਤੇ, ਉਹ ਆਏਗਾ ਵਜ਼ੀਫੇ 'ਚ, ਉਹ ਆਏਗਾ ਆਪਣੇ ਇੱਕ ਚੋਇਸ ਕਰਕੇ ਆਏਗਾ, ਆਪਣੇ ਮਤਲਬ ਮਜ਼ਬੂਰੀ ਕਰਕੇ, ਮਜ਼ਬੂਰੀ ਕਰਕੇ ਆਪਣੇ ਬਲਬੂਤੇ ਤੇ ਆ ਜਾਏ। ਕਈ ਬੱਚੇ ਜਿਹੜੇ ਆ ਵਧੀਆ ਉਹਨਾਂ ਪੜ੍ਹਾਈ ਲਿਖਾਈ ਕੀਤੀ ਆ ਔਰ ਵਧੀਆ ਨੰਬਰ ਲੈ ਗਿਆ, ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਪੜ੍ਹਾਈ ਲਿਖਾਈ ਤੇ ਸੌਖੀ ਹੈ ਜਮਾਂ ਤੇ ਇੰਡੀਆ, ਬਿਲਕੁਲ ਬਿਲਕੁਲ, ਔਰ ਉਹਨਾਂ ਨੇ ਉਹ ਕੰਪਲੀਟ ਕੀਤੇ ਕੋਰਸ ਔਰ ਉਹਨਾਂ ਨੂੰ ਨੌਕਰੀ ਵੀ ਮਿਲ ਗਈ। ਇਸ ਕਰਕੇ ਮੇਰਾ ਖਿਆਲ ਹੈ ਕਿ ਬੈਟਰ ਜਿਹਨਾਂ ਨੇ ਵਾਕਈ ਪੜ੍ਹਾਈ ਕਰਨੀ ਹੈ, ਉਹ ਬੈਟਰ ਹੈ ਕਿ ਆਪਣੀ BA BTech ਬੈਚਲਰਸ ਮਾਸਟਰਸ ਕਰਕੇ ਫਿਰ ਇੱਥੇ ਰਿਸਰਚ ਕਰਨ ਆਓ ਤੁਸੀਂ। ਠੀਕ, ਰਿਸਰਚ ਕਰਨਾ, ਓਕੇ, ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ ਜਨਾਬ। ਦੋਸਤੋ, ਅਗਰ ਤੁਹਾਨੂੰ ਕੋਈ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ, ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਫੋਨ ਹੈ 780-707-4831। ਹੋ ਸਕਦਾ ਕਈਆਂ ਨੂੰ ਭੁਲੇਖਾ ਪੈ ਜਾਂਦਾ ਵੀ ਮੈਂ ਕਿਤੇ 760 ਤਾਂ ਨਹੀਂ ਗਿਆ, ਅੰਗਰੇਜ਼ੀ ਦੱਸ ਦਿੰਦੇ ਜੀ, 780-707-4831। ਜੇਕਰ ਕਿਸੇ ਨੂੰ ਅਗਰ ਨੰਬਰ ਉਦਾਂ ਵੀ ਚੇਤਾ ਨਾ ਰਹੇ ਤੇ ਮੇਰਾ ਨਾਮ ਅਮਰਜੋਤ ਸਿੰਘ ਗੂਗਲ ਤੇ ਟਾਈਪ ਕਰ ਲਓ ਤੇ ਪਹਿਲਾਂ ਤੁਹਾਡੇ ਲਿੰਕ ਸਾਰਾ ਉੱਥੇ ਹੀ ਤੁਹਾਨੂੰ ਨੰਬਰ ਪਤਾ ਮਿਲ ਜਾਏਗਾ। ਇਹ ਚੰਗਾ ਜੀ, ਅੱਜ ਕੱਲ ਗੂਗਲ ਬਾਬਾ ਹਰ ਕੁਛ ਦੱਸਦਾ। ਹਾਂਜੀ, ਹੋਰ ਕਹਿੰਦੇ ਵੀ ਗੁਰੂ ਦਾ ਹੱਥ ਫੜਨਾ ਚਾਹੀਦਾ ਤੇ ਅਸਲੀ ਗੁਰੂ ਦਾ ਨਾ ਗੂਗਲ ਦਾ, ਅਸਲੀ ਗੁਰੂ ਦਾ ਹੱਥ ਫੜੋ ਤਾਂ ਫਿਰ ਦੂਜਿਆਂ ਦੇ ਪੈਰੀ ਹੱਥ ਨੀ ਲਾਉਣੇ ਪੈਂਦੇ। ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਅਮਰਜੋਤ ਜੀ। ਲਓ ਦੋਸਤੋ, ਖਬਰਾਂ ਹਾਜ਼ਰ ਨੇ, ਡਾਕਟਰ ਸਵਰਨਜੀਤ